ਪਿੰਡਾਂ ਕਹਿੰਦੇ ਦੌਦਰ ਬਖਿੰਦਰ ਦਾ ਪਿੰਡ ਹੈ ਦੌਦਰ ਪੀਤੇ ਦਾ ਪਿੰਡ ਹੈ ਦੌਦਰ ਟੌਣੇ ਹੁਣਾਂ ਦਾ ਪਿੰਡ ਹੈ ਦੌਦਰ ਸੰਧੂਰੇ ਹੁਣਾਂ ਦਾ ਪਿੰਡ ਹੈ ਦੌਦਰ ਇਸ ਸਾਲ ਕਹਿੰਦੇ 22ਵਾਂ ਸਾਲ ਚੜ੍ਹਿਆ ਖੂਸਿਆਂ ਵਾਲਿਆ ਦੌਦਰ ਦੀ ਧਰਤੀ ਦਾ ਕੁੱਕੂ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਵੇਖੋ ਰਸੂਲਪੁਰੀਏ ਨੇ ਕੀਤੀ ਟਰਾਈ ਤੇ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਸੋਨੀ ਝੋਲਦਾਂ ਦੀ ਧਰਤੀ ਦਾ ਇਸ ਸਮੇਂ ਕਬੱਡੀ ਪੰਜ ਲਈ ਵਾਧਾ ਹੋਇਆ ਰਣਜੀਤ ਸਿਆਹ ਜੱਫਾ ਤੇਰਾ ਵੀ 500 ਰੁਪਏ ਦਾ ਨੌਜਵਾਨਾਂ 500 ਰੁਪਇਆ ਦਿੱਤਾ ਜਾਣਾ ਹੈ ਲੋਕੋ ਮੀਨੀਆਂ ਰਸੂਲਪੁਰ ਮੱਲਿਆਂ ਨਾਲ ਦੌਦਰ ਇਹ ਕਹਿੰਦੇ ਕੋਲੋ ਕੋਲੀ ਦੇ ਪਿੰਡ ਹੈ ਇੱਧਰ ਵੇਖੋ ਪਈ ਹੋਈ ਕਬੱਡੀ ਹੈ ਕਿ ਰੱਬ ਵੱਲੋਂ ਬਖਸ਼ੀ ਹੋਈ ਦਾਤ ਹੁੰਦੀ ਹੈ ਹਿੰਮਤਾਂ ਨਾਲ ਮਿਲਦੀ ਸੌਗਾਤ ਹੁੰਦੀ ਹੈ ਜੋਰ ਤਾਂ ਹਰੇਕ ਪੂਰਾ ਲਾਉਂਦਾ ਯੋਧ ਆ ਪਰ ਔਖਾ ਮਿਲੇ ਰੁਤਬਾ ਨਿਰਾਲੀ ਸ਼ਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਕਿ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਕਿ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਉੱਧਰ ਭੋਲਾ ਚੰਡੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਅੰਮ੍ਰਿਤਪਾਲ ਸਿੰਘ ਕੱਤੂ ਨਾਲ ਜੱਸੀ ਨਾਲ ਜੱਸਾ ਨਾਲ ਗੱਲੀ ਉੱਧਰ ਕਹਿੰਦੇ ਜੱਸੇ ਨੇ ਟਰਾਈ ਕੀਤੀ ਹੈ ਤੇ ਬਠਿੰਡੇ ਵਾਲਾ ਢੋਡੀ ਵਾਲਾ ਨਿੰਮਾ ਇਸ਼ਾਰਾ ਕਰਦਾ ਪੁਆਇੰਟ ਰੇਡਰ ਦਾ ਕਿ ਮੁੰਡਾ ਬਠਿੰਡੇ ਦਾ ਬਠਿੰਡੀ ਤੇ ਮੈਨੂੰ ਕਹਿੰਦਾ ਹਾਏ ਡਿਸਕੋ ਉੱਧਰ ਪੁਆਇੰਟ ਰੇਡਰ ਦਾ ਪਿੰਡਾਂ ਕਬੱਡੀ ਪਾਉਣ ਦੇ ਲਈ ਪਤਾ ਹੋਇਆ ਕਿ ਪੱਟਿਆਂ ਦੇ ਸੁੱਕੀ ਦਾ ਸਰੀਰ ਸੋਹਣਾ ਗੱਲ ਪੂਰੀ ਪੂਰੀ ਹੋਵੇ ਸੋਨੂੰ ਜੰਪ ਦੀ ਅਮਰੀਕ ਖੋਸਿਆ ਹੋਏ ਜੀਤਾ ਬੰਦਾ ਇੰਜ ਕੱਸਦਾ ਜਿਵੇਂ ਕੱਸੀ ਦੀਆਂ ਢਿੰਬਰੀ ਕਲੰਪ ਦੀ ਜਿੰਦਾ ਜੀਤਾ ਬੰਦਾ ਇੰਜ ਕੱਸਦਾ ਜਿਵੇਂ ਕੱਸੀ ਦੀਆਂ ਢਿੰਬਰੀ ਕਲੰਪ ਦੀ ਉੱਧਰ ਕਹਿੰਦੇ ਜੀਤਾ ਚੰਡੀ ਦਾ ਜੱਫਾ ਲਾ ਪਾਊ ਕਿ ਨਹੀਂ ਮਿੱਤਰੋ ਉੱਧਰ ਕਹਿੰਦੇ ਪਿੰਡੇ ਨੇ ਪੁਆਇੰਟ ਜੋੜਿਆ ਆਪਣੀ ਟੀਮ ਦੇ ਲਈ ਇੱਧਰ ਗੁੱਗੂ ਦਾਦਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਦਾਦਰ ਦੀ ਧਰਤੀ ਦਾ ਗੁੱਗੂ ਇਸ ਸਮੇਂ ਕਬੱਡੀ ਪਾ ਰਿਹਾ ਵੇਖੋ ਪਈ ਹੋਈ ਕਬੱਡੀ ਤੇ ਚਾਰ ਜਾਫੀ ਲੋ ਸਾਹਮਣੇ ਇਸ ਸਮੇਂ ਲੋ ਪਈ ਕਬੱਡੀ ਦਾਦਰ ਵਾਲਾ ਪੁਆਇੰਟ ਲੈ ਕੇ ਭੱਜਾ ਜਾਂਦਾ ਉਂਗਲ ਖੜੀ ਹੈ ਉਂਗਲ ਖੜੀ ਹੈ ਪੁਆਇੰਟ ਰੇਡਰ ਦਾ ਇੰਦਗੜ੍ਹ ਤੇ ਖੀਰਾ ਵਾਲੀ ਜਲਦੀ ਤੋਂ ਜਲਦੀ ਗਰਾਂਡ ਚ ਆ ਜਾਣ ਇੰਦਗੜ੍ਹ ਤੇ ਖੀਰਾ ਵਾਲੀ ਬਗੀਚੇ ਵੀਰ ਨੂੰ ਬੇਨਤੀ ਹੈ ਨਾਲ ਖੀਰਾ ਵਾਲੀ ਦੀ ਟੀਮ ਵੀ ਜਲਦੀ ਨਾਲ ਗਰਾਂਡ ਚ ਆਵੇ ਝੋਲਦਾਂ ਦੀ ਧਰਤੀ ਦਾ ਸੋਨੀ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਰਣਜੀਤ ਸਿਆਹ ਜੱਫਾ 500 ਰੁਪਏ ਦਾ ਹਰਭਜਨ ਸਿੰਘ ਜੀ ਜੂਕੇ ਸ਼ਕਤੀ ਪ੍ਰਧਾਨ ਤੇ ਨਾਲ ਸਿਕੰਦਰ ਹਾਲੈਂਡ ਵਾਲਾ ਕਹਿੰਦਾ 500 ਰੁਪਇਆ ਦੇਵਾਂਗੇ ਪਰ 500 ਦੇ ਨਾਂ ਨੂੰ ਤਾਂ ਸਾਰੀਆਂ ਮੀਨੀਆਂ ਟੁੱਟ ਕੇ ਪੈ ਗਈਆਂ ਇਹ ਪੁਆਇੰਟ ਰੇਡਰ ਦਾ ਵੇਖੋ ਚੰਡੀ ਦੀ ਧਰਤੀ ਦਾ ਭੋਲਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਚੰਡੀ ਵਾਲਾ ਭੋਲਾ ਗਾਲਬ ਵਾਲਿਆ ਮੈਚ ਸਿਰੇ ਦੇ ਹੋ ਗਏ ਹੈ ਮੈਚ ਬਹੁਤ ਸਿਰੇ ਦੇ ਖੇਡੇ ਗਏ ਹੈ ਅੱਜ ਕਹਿੰਦੇ ਚਗਾਵੇਂ ਦੀ ਧਰਤੀ ਦੇ ਉੱਤੇ ਮੈਚ ਬਹੁਤ ਸਿਰੇ ਦੇ ਖੇਡੇ ਗਏ ਹੈ ਇੱਧਰ ਵੇਖੋ ਨੌਜਵਾਨ ਗੱਭਰੂ ਦੀ ਪਈ ਕਬੱਡੀ ਭੋਲਾ ਚੰਡੀ ਵਾਲਾ ਸਿਕੰਦਰ ਹਾਲੈਂਡ ਦੀ ਹਰਭਜਨ ਸਿੰਘ ਦੀ ਯੂਕੇ ਤੇ ਨਾਲ ਸ਼ਕਤੀ ਪ੍ਰਧਾਨ ਤਿੰਨਾਂ ਬੁਲਾਰਿਆਂ ਦੇ ਲਈ 500 ਰੁਪਇਆ ਭੇਜਦੇ ਹੈ ਆਪਾਂ ਧੰਨਵਾਦ ਕਰਦੇ ਹਾਂ ਪਿੰਡਾਂ ਰਸੂਲਪੁਰ ਵਾਲਾ ਕਬੱਡੀ ਪਾ ਰਹੇ ਹੈ ਕਿ ਸੈਦੋਕੇ ਦਾ ਮੱਖਣ ਤੇ ਬਗੀਚਾ ਇੰਦਗੜੀਆ ਚੰਗੀ ਖੇਡ ਨਾਲ ਹੀ ਇਹਨਾਂ ਦੀ ਗੁੱਡੀ ਚੜੀ ਹੈ ਜੱਗਾ ਤੇ ਪ੍ਰੇਮ ਦੇ ਸਟਾਰ ਯੋਧੇ ਆ ਲੋਕੀ ਦਿੰਦੇ ਰੁਤਬਾ ਦੇ ਅੰਨੀ ਜਾਨ ਦਾ ਪੁੱਤ ਜਿੰਨਾ ਮਾਵਾਂ ਦੇ ਕੀ ਖੇਡਦੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਮਾਵਾਂ ਦੀ ਕਬੱਡੀ ਖੇਡਦੇ ਆ ਜੱਫਾ ਮੈਨੂੰ ਲੱਗਦਾ ਵੀ ਜੀਤੇ ਨੇ ਲਾਇਆ ਪੁਆਇੰਟ ਜੀਤੇ ਦਾ 500 ਰੁਪਇਆ ਵੀ ਜੀਤੇ ਦਾ ਇੱਧਰ ਵੇਖੋ ਦੌਦਰ ਵਾਲਾ ਗੁੱਗੂ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚੋਂ ਲੈ ਖੋਸਿਆਂ ਮਾਰਿਆ ਕਰੀ ਗੱਲ ਇੱਧਰ ਦੌਦਰ ਦੇ ਗੁੱਗੂ ਦੀ ਕਿ ਮੱਖਣ ਚ ਰਕਵੀ ਨੂੰ ਸੇਵੀ ਤੇ ਢੋਲੀਏ ਵਾਲਾ ਗੋਲਾ ਅੰਗਰੇਜ਼ ਅੜੈਚਾਂ ਤੇ ਜਗਤਾਰ ਧਨੌਲਾ ਲੁੱਟ ਲੈਂਦੇ ਸੀ ਮੇਲਾ ਸਵਰਨੇ ਵਾਂਗੂ ਗੁੱਟ ਫੜ ਫੜ ਕੇ ਔਖੇ ਰੇਡਰ ਥੰਮਣੇ ਗਾਜੀਆਂ ਦੇ ਕਾਲੇ ਵਰਗੇ ਮੁੜ ਮੁੜ ਕੇ ਨਹੀਂ ਜੰਮਣੇ ਪਰ ਜੀਤ ਬਰਾੜਾ ਤੇਰੇ ਘਾਟੇ ਹਜੇ ਸੁਪਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਕੀ ਜੱਫੇ ਲਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਕੀ ਜੱਫੇ ਲਾਉਂਦੇ ਨੇ ਉੱਧਰ ਕਹਿੰਦੇ ਝੋਰੜ ਪਿੰਡ ਹੈ ਸੋਨੀ ਦਾ ਸੋਨੀ ਝੋਰੜਾਂ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਮੀਨੀਆ ਦਾ ਰਣਜੀਤ ਜੰਡੀ ਦਾ ਜੀਤਾ ਚਾਰ ਭਰਾ ਚਾਰਾਂ ਦੇ ਵਿੱਚ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ ਉੱਧਰ ਕਹਿੰਦੇ ਜੀਤੇ ਨੇ ਟਰਾਈ ਕੀਤੀ ਹੈ ਪਾੜੀ ਪੈਣੀ ਬਾਈਏ ਪਿੰਡ ਦਾ ਜਸਵੀਰ ਇਸ਼ਾਰਾ ਕਰਦਾ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਕਹਿੰਦੇ ਜੰਡੀ ਵਾਲਾ ਢੋਲਾ ਕਬੱਡੀ ਪਾ ਰਿਹਾ ਖੋਸਿਆਂ ਵਾਲਿਆ ਝੋਰੜ ਪਿੰਡ ਕਹਿੰਦੇ ਧੰਨ ਧੰਨ ਬਾਬਾ ਈਸਰ ਸਿੰਘ ਜੀ ਨਾਨਕ ਸਰ ਵਾਲਿਆਂ ਦੀ ਜੰਮਣ ਭੂਮੀ ਹੈ ਨਾਨਕ ਸਰ ਵਾਲੇ ਮਹਾਂਪੁਰਸ਼ ਧੰਨ ਧੰਨ ਬਾਬਾ ਈਸਰ ਸਿੰਘ ਜੀ ਉਹਨਾਂ ਦੀ ਜਨਮ ਭੂਮੀ ਹੈ ਝੋਰੜ ਪਿੰਡ ਇੱਧਰ ਵੇਖੋ ਚੰਡੀ ਵਾਲਾ ਭੋਲਾ ਪੁਆਇੰਟ ਲੈ ਕੇ ਭੱਜਿਆ ਮੈਚ ਸਮਾਪਤ ਹੋ ਚੁੱਕਿਆ ਹੈ ਇਸ ਮੈਚ ਚੋਂ ਮੀਨੀਆਂ ਦੀ ਟੀਮ ਜਿੱਤ ਰਹੀ ਹੈ ਮੀਨੀਆਂ ਦੀ ਟੀਮ ਇਸ ਮੈਚ ਨੂੰ ਵਿਨ ਕਰ ਚੁੱਕੀ ਹੈ ਖੀਰਾ ਵਾਲੀ ਤੇ ਇੰਦਗੜ੍ਹ ਦਾ ਮੈਚ ਹੋਣਾ ਹੈ ਖੀਰਾ ਵਾਲੀ ਤੇ ਇੰਦਗੜ੍ਹ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਇਸ ਵੇਲੇ ਤਿਆਰ ਨੇ ਆ 1000 ਰੁਪਇਆ ਛੱਤੀ ਬਾਈ ਆਪਾਂ ਜੀਤੇ ਜੰਡੀ ਵਾਲੀ ਨੂੰ ਦੇਣਾ ਹੈ ਲੈ ਵੀ ਜੀਤੇ ਵੀਰ ਆ 1000 ਰੁਪਇਆ ਆ ਕੇ ਮੇਰੇ ਤੋਂ ਲੈਣਾ ਹੈ ਸਾਡੇ ਸਰਦਾਰ ਭਜਨ ਸਿੰਘ ਜੀ ਯੂਕੇ ਵਾਲੇ ਸ਼ਕਤੀ ਪ੍ਰਧਾਨ ਤੇ ਸਿਕੰਦਰ ਹਾਲੈਂਡ ਵਾਲਾ ਉਹਨਾਂ ਵੱਲੋਂ ਤੇਰੇ ਦੋ ਜੱਫਿਆਂ ਤੇ 1000 ਰੁਪਇਆ ਆਇਆ ਇੱਕ ਐਲਈਡੀ
ਸਾਡੇ ਅਮਨਦੀਪੀਰ ਨੂੰ ਦੇਣੀ ਹੈ ਤੇ ਦੂਜੀ ਐਲਈਡੀ ਸਾਡੇ ਸਿਕੰਦਰ ਹਾਲੈਂਡ ਵਾਲਾ ਤੇ ਰਾਜਾ ਯੂਕੇ ਉਹਨਾਂ ਵੱਲੋਂ ਦਿੱਤੀ ਜਾਣੀ ਹੈ। ਛੱਤੀ ਪ੍ਰਧਾਨ ਕਹਿੰਦਾ ਵੀ 31,000 ਰੁਪਇਆ ਸੈਕਿੰਡ ਪ੍ਰਾਈਜ ਗੁਪਤ ਦਾਨ ਆਇਆ ਤੇ 41,000 ਰੁਪਇਆ ਪਹਿਲਾ ਪ੍ਰਾਈਜ। ਛੱਤੀ ਪ੍ਰਧਾਨ ਤੇ ਭਗਤ ਸਿੰਘ ਯੂਕੇ ਵਾਲੇ ਇਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ, ਇਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ। 17, 18 ਤੇ 19 ਤਰੀਕ ਦੇ ਸੱਦੇ ਕਿਸ਼ਨਪੁਰੇ ਵਾਲਾ ਸ਼ਾਂਤੀ ਸਾਡਾ ਵੀਰ ਦੇ ਰਿਹਾ ਹੈ। 18 ਤਰੀਕ ਨੂੰ 80 ਕਿਲੋ ਦੇ ਮੈਚ ਹੋਣਗੇ, 41,000 ਤੇ 35,000 ਰੁਪਇਆ ਪ੍ਰਾਈਜ ਹੋਣਾ ਹੈ। 19 ਤਰੀਕ ਨੂੰ ਕਬੱਡੀ ਓਪਨ ਦੇ ਮੈਚ ਹੋਣਗੇ, ਬੈਸਟ ਰੇਡਰ ਤੇ ਬੈਸਟ ਸਿਆਫੀ ਨੂੰ ਐਲਸੀਡੀਆਂ ਦਿੱਤੀਆਂ ਜਾਣਗੀਆਂ। 71,000 ਤੇ 51,000 ਰੁਪਇਆ ਪਹਿਲੇ ਦੂਜੇ ਨੰਬਰ ਤੋੜ ਜਾਣੀਆਂ ਟੀਮਾਂ ਨੂੰ। 19 ਤਰੀਕ ਕਿਸ਼ਨਪੁਰੇ ਦੇ ਕਬੱਡੀ ਕੱਪ ਦੀ ਹੈ। 60 ਕਿਲੋ ਭਾਰ ਦੇ ਮੈਚ ਜਿਹੜੇ 17 ਤਰੀਕ ਨੂੰ ਕਰਵਾਏ ਜਾਣਗੇ। 17, 18 ਤੇ 19 ਤਰੀਕ ਇਸ ਸਾਲ ਕਿਸ਼ਨਪੁਰੇ ਦੇ ਕਬੱਡੀ ਕੱਪ ਦੀ 17, 18 ਤੇ 19 ਤਰੀਕ ਇਸ ਸਾਲ ਕਿਸ਼ਨਪੁਰੇ ਦੇ ਕਬੱਡੀ ਕੱਪ ਦੀ 13, 14 ਤੇ 15 ਤਰੀਕ ਜਿਹੜੀ ਆਉਣ ਵਾਲੀ ਹੈ ਉਹ ਮੇਰੇ ਵੀਰੋ ਪਿੰਡਰਾਂ ਦੇ ਕਬੱਡੀ ਕੱਪ ਦੀ ਗੋਦੇ ਪਿੰਡਰੋ ਨੀ ਜੋਦੇ ਪਿੰਡਰੋ ਨੀ ਸਾਡੇ ਵੀਰ ਮਾਸਟਰ ਗੁਰਵਿੰਦਰ ਹੁਣੀ ਸੱਦੇ ਦੇ ਰਹੇ ਹੈ। ਇਸ ਸਾਲ 13, 14 ਤੇ 15 ਤਰੀਕ ਪਿੰਡਰਾਂ ਦੇ ਕਬੱਡੀ ਕੱਪ ਦੀ ਉੱਥੇ ਵੀ ਬਹੁਤ ਤਕੜੇ ਮੈਚ ਖੇਡੇ ਜਾਣਗੇ। ਲੱਖਿਆ ਤਕੜਾ ਹੋ ਜਾਣਾ ਨੌਜਵਾਨਾਂ ਇੰਦਗੜ ਤੇ ਖੀਰਾਂ ਵਾਲੀ ਦਾ ਬਹੁਤ ਤਕੜਾ ਮੈਚ ਖੇਡਿਆ ਜਾਣਾ ਹੈ। ਚੂਰ ਚੱਕ ਦੇ ਯੋਧਾ ਤਿਆਰੀ ਫੜ ਲੈਣ, ਚੂਰ ਚੱਕ ਦੇ ਯੋਧਾ ਦੋਨੇ ਟੀਮਾਂ ਆਪਣੀ ਤਿਆਰੀ ਜਲਦੀ ਕਰ ਲੈਣ। ਦੋਨੇ ਟੀਮਾਂ ਨੂੰ ਬੇਨਤੀ ਹੈ ਦੋਨੇ ਟੀਮਾਂ ਜਲਦੀ ਆਪਣੀ ਤਿਆਰੀ ਕਰ ਲੈਣ ਕਿਰਪਾ ਕਰਕੇ। ਉਧਰ ਸਾਡੇ ਵੀਰ ਸ਼ਾਂਤੀ ਹੋਣੀ ਆਪਣੇ ਮਿੱਤਰਾਂ ਦੇ ਨਾਲ ਰਲ ਕੇ ਸੁਨੇਹੇ ਦੇ ਰਹੇ ਵੀ 19 ਤਰੀਕ ਨੂੰ ਕਹਿੰਦੇ ਇਤਿਹਾਸ ਰਚਿਆ ਜਾਣਾ, ਕਿਸ਼ਨਪੁਰੇ ਦੀ ਧਰਤੀ ਤੇ ਇਤਿਹਾਸ ਰਚਿਆ ਜਾਣਾ। ਆਪ ਸਭ ਨੂੰ ਵੱਡੇ ਸੱਦੇ ਹੈ, ਓਪਨ ਦੇ ਮੈਚ ਵੀ ਤਕੜੇ ਹੋਣਗੇ, ਵਜਨੀ ਕਬੱਡੀ ਦੇ ਵਿੱਚ ਵੀ ਵੱਡੇ ਨਾਮ ਰੱਖੇ ਆ, ਵੱਡੀਆਂ ਗੱਲਾਂ ਹੋਣਗੀਆਂ। ਆਪਾਂ ਸਾਰੇ 17, 18 ਤੇ 19 ਤਰੀਕ ਦਾ ਇੰਤਜ਼ਾਰ ਕਰਾਂਗੇ, ਕਿਸ਼ਨਪੁਰੇ ਦੇ ਕਬੱਡੀ ਕੱਪ ਤੇ ਰੌਣਕਾਂ ਲੱਗਣਗੀਆਂ। ਇੱਧਰ ਮੈਚ ਬਹੁਤ ਤਕੜਾ ਇੰਦਗੜ ਤੇ ਖੀਰਾਂ ਵਾਲੀ ਦੀ ਟੀਮ ਦਾ। ਮੈਂ ਪਹਿਲਾਂ ਵੀ ਜ਼ਿਕਰ ਕਰਿਆ ਸੀ ਇੰਦਗੜ ਦੇ ਬਗੀਚੇ ਦਾ, ਬਗੀਚਾ ਮਾਲਵੇ ਦਾ ਸਭ ਤੋਂ ਪਹਿਲਾ ਪਲੇਅਰ ਹੈ ਜਿਹਨੂੰ ਪਹਿਲਾ ਬੁਲਟ ਮਿਲਿਆ। ਮਾਲਵੇ ਦਾ ਸਭ ਤੋਂ ਪਹਿਲਾ ਪਲੇਅਰ ਹੈ ਇੰਦਗੜ ਦਾ ਬਗੀਚਾ, ਜਿਹੜਾ ਲੰਬੀ ਪਾਰੀ ਖੇਡ ਰਿਹਾ ਖੇਡ ਕਬੱਡੀ ਦੀ। ਜਦੋਂ ਬਾਜੇ ਖਾਨੇ ਦੀ ਧਰਤੀ ਤੇ ਹਰਜੀਤ ਯਾਦ ਵਿੱਚ ਪਹਿਲਾ ਕੱਪ ਹੋਇਆ ਸੀ, ਸਭ ਤੋਂ ਪਹਿਲਾ ਪਲੇਅਰ ਇੰਦਗੜ ਦੇ ਬਗੀਚਾ ਹੋਇਆ ਜਿਹਨੂੰ ਪਹਿਲਾ ਬੁਲਟ ਮਿਲਿਆ। ਉਸ ਤੋਂ ਬਾਅਦ ਪਲੇਅਰਾਂ ਨੂੰ ਮਾਣ ਸਨਮਾਨ ਮਿਲਣੇ ਸ਼ੁਰੂ ਹੋਏ। ਇੰਦਗੜ ਦੀ ਟੀਮ ਚੜ੍ਹਦੇ ਵਾਲੇ ਪਾਸੇ, ਲਹਿੰਦੇ ਵਾਲੇ ਪਾਸੇ ਟੀਮ ਖੀਰਾਂ ਵਾਲੀ ਦੀ। ਇੱਧਰ ਵੇਖੋ ਰਾਜਾਂ ਵਾਲੇ ਦੀ ਧਰਤੀ ਦਾ ਸੁੱਖਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਖੋਸਿਆਂ ਵਾਲਿਆ ਕਰੀ ਗੱਲ, ਕਿਆ ਸੁਖਾਲ ਜੀ, ਬਹੁਤ ਵੱਡਾ ਪਿਆਰ ਦੇ ਰਹੇ ਪੰਜਾਬੀ ਬੋਲੋ ਤੋਂ ਖੁਸ਼ ਹੋ ਕੇ, ਆਪਾਂ ਧੰਨਵਾਦ ਕਰਦੇ ਹਾਂ। ਕਿਆ ਸੁਖਾਲ ਜੀ, ਬਹੁਤ ਵੱਡਾ ਪਿਆਰ ਦੇ ਰਹੇ ਪੰਜਾਬੀ ਬੋਲੋ ਤੋਂ ਖੁਸ਼ ਹੋ ਕੇ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ। ਉਧਰ ਸੁੱਖ ਜੀ ਪੁੱਜੇ ਹੋਏ ਆ, ਅੱਜ ਕਹਿੰਦੇ ਸਤਿਕਾਰ ਦੇ ਯੋਗ ਸ਼ਖਸੀਅਤਾਂ ਪੁੱਜੀਆਂ ਹੋਈਆਂ ਨੇ, ਸਤਿਕਾਰ ਦੇ ਯੋਗ ਸ਼ਖਸੀਅਤਾਂ ਪੁੱਜੀਆਂ ਹੋਈਆਂ ਨੇ। ਉਧਰ ਤਾਰੀ ਕਰਦਾ ਹੋਇਆ ਟਰਾਈ ਖੇਡ ਮੈਦਾਨ ਦੇ ਵਿੱਚ ਅੱਜ ਛੁਰਲੀ ਵਰਗੇ ਪੁੱਜੇ ਹੋਏ ਆ, ਅੱਜ ਕਹਿੰਦੇ ਖੀਰਾਂ ਵਾਲੀ ਦੀ ਟੀਮ ਪੁੱਜੀ ਹੋਈ ਹੈ। ਮੁੰਡਾ ਸਿੱਖ ਸਰਦਾਰ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਚਾਰ ਜਾਫੀ ਦੋ ਨੰਬਰ ਤੇ ਕੱਲਾ ਦਾ ਅੰਬੂ ਨਾਲ ਰੂਪਾ ਤੇ ਨਾਲ ਕਹਿੰਦੇ ਇੰਦਗੜੀਏ ਦਵਿੰਦਰ ਦਾ ਮੁੰਡਾ। ਉਧਰ ਬਗੀਚਾ ਇੰਦਗੜੀਆ ਟਰਾਈ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ, ਬਗੀਚਾ ਟਰਾਈ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ। ਉਧਰ ਪੂਰੀ ਪੱਲੇ 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 ਨਹੀਂ ਰੀਸਾ ਵਾਹ ਨੌਜਵਾਨਾ। ਇੱਧਰ ਵੇਖੋ ਅਗਲੀ ਕਬੱਡੀ ਪਾਉਣ ਦੇ ਲਈ ਧਰਮਕੋਟ ਦੀ ਧਰਤੀ ਦਾ ਲੱਖਾ ਖਰੇ ਖਰੇ ਜਾਫੀਆਂ ਤੋਂ ਆਉਂਦਾ ਨਾ ਲੋਟ ਹੈ, ਨਾਮ ਹੈ ਲੱਖਾ ਕਹਿੰਦੇ ਸ਼ਹਿਰ ਧਰਮਕੋਟ ਹੈ। ਵੇਖੋ ਇਸ ਸਮੇਂ ਜਲੌਰ ਸਿੰਘ ਦਾ ਪੁੱਤ, ਮੱਪੀ ਟਾਈਟਰ ਦਾ ਭਤੀਜਾ ਤੇ ਬਾਬੇ ਚਰਨ ਸਿੰਘ ਦਾ ਪੋਤਾ ਇਸ ਸਮੇਂ ਕਬੱਡੀ ਪਾ ਰਹੇ ਹੈ। ਧਰਮਕੋਟ ਦੀ ਧਰਤੀ ਦਾ ਲੱਖਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ। ਵੇਖੋ ਜਾਫੀ ਖੀਰਾਂ ਵਾਲੀ ਦਾ ਆ ਵੀ ਕਹਿੰਦੇ ਸਿਰੇ ਦਾ ਖਿਡਾਰੀ ਹੈ, 500 ਰੁਪਇਆ ਜੱਫੇ ਦੇ ਉੱਤੇ। ਹਰਭਜਨ ਸਿੰਘ ਯੂਕੇ ਵਾਲੇ ਸਿਕੰਦਰ ਹਾਲੈਂਡ ਤੇ 36 ਸਾਡਾ ਵੀਰ ਕਹਿੰਦਾ ਅਸੀਂ ਦੇਵਾਂਗੇ, ਪਰ ਪੁਆਇੰਟ ਧਰਮਕੋਟ ਦੇ ਲੱਖੇ ਦਾ, ਧਰਮਕੋਟ ਦੇ ਲੱਖੇ ਦਾ। ਮੈਂ ਵੀ ਬਗੀਚਿਆਂ ਤੇਰੇ ਜੱਫੇ ਦਾ 36,000 ਰੁਪਇਆ ਦਵਾਊਂਗਾ ਜੇ ਤੂੰ ਜੱਫਾ ਲਾਵੇਂ। ਇੱਧਰ ਵੇਖੋ ਮਾਤਾ ਮੁਖਤਿਆਰ ਕੌਰ ਦੀ ਅੱਖਾਂ ਦਾ ਤਾਰਾ ਤੇ ਸਰਦਾਰ ਮੁਖਤਿਆਰ ਸਿੰਘ ਦਾ, ਸਰਦਾਰ ਨਰਿੰਦਰ ਸਿੰਘ ਦਾ ਪੋਤਾ, ਸੋਹਣ ਸਿੰਘ ਢਿੱਲੋਂ ਦਾ ਪੁੱਤ, ਇੰਦਗੜ ਦੀ ਧਰਤੀ ਦਾ ਬਗੀਚਾ ਜੇ ਜੱਫਾ ਲਾਵੇ ਤਾਂ 1,000 ਰੁਪਇਆ। ਇੱਧਰ ਵੇਖੋ ਗਿੱਲ ਪਰ ਪੁਆਇੰਟ ਰੇਡਰ ਦਾ, ਪੁਆਇੰਟ ਰੇਡਰ ਦਾ ਰਾਜਾਂ ਵਾਲੇ ਦੀ ਧਰਤੀ ਦਾ ਸੁੱਖਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਕਿ ਮੁੰਦਰੀ ਚ ਚੜੇ ਹੋਏ ਨਕੀਨੇ ਵਰਗਾ
ਬੱਬਰੂ ਟਰੋਲੀ ਵਾਲੇ ਮੀਨੇ ਵਰਗਾ ਮਾੜੀ ਦੇ ਸਿਕੰਦਰ ਵਾਂਗੂ ਤਾਵਾਂ ਜੋਧਿਆ ਇਹ ਮਿਹਨਤਾਨਾ ਜੁੱਸਾ ਗੁੰਦਿਆ ਜਵਾਨ ਦਾ ਪੁੱਤ 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 ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਕਿ ਨਾ ਉੱਚਾ ਹੋ ਜੇ ਸਾਰੇ ਖਾਨ ਬਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਨਾ ਉਹ ਸਾਹਮਣੇ ਸੁੱਖੇ ਦੀ ਪਾਈ ਹੋਈ ਕਬੱਡੀ ਉਧਰ ਕਹਿੰਦੇ ਖੀਰਾ ਵਾਲੀ ਪਿੰਡ ਦਾ ਮੁੰਡਾ ਕਰਦਾ ਹੋਇਆ ਟਰਾਈ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਕਪੂਰਥਲੀਆ ਦੂਜੇ ਪਾਸੇ ਮੋਗੇ ਵਾਲਾ ਭੱਜਾ ਆਉਂਦਾ ਮੋਗੇ ਵਾਲਾ ਭੱਜਾ ਆਉਂਦਾ ਪੁਆਇੰਟ ਲੈ ਕੇ ਅਮਨਦੀਪ ਸਾਡਾ ਵੀਰ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਦਾ ਉਹ ਕਹਿੰਦਾ ਰਾਜਾਂ ਵਾਲੇ ਦੇ ਸੁੱਖੇ ਨੂੰ ਜਿਹੜਾ ਵੀ ਜਾਫੀ ਜੱਥਾ ਲਾ ਦੇਵੇ 500 ਰੁਪਈਆ ਪਰ ਜੱਥੇ ਦੇ ਹਿਸਾਬ ਨਾਲ ਦੇਊਗਾ 500 ਰੁਪਈਆ ਪਰ ਜੱਥੇ ਦੇ ਹਿਸਾਬ ਨਾਲ ਉਧਰ ਛੱਤੀ ਕਹਿੰਦਾ ਦੋਨੇ ਪਾਸੇ ਜਿੰਨੇ ਜੱਫੇ ਲੱਗਣਗੇ 500-500 ਰੁਪਈਆ ਹਰੇਕ ਜੱਫੇ ਦਾ ਹਰਭਜਨ ਸਿੰਘ ਜੀ ਜੂ ਕੇ ਤੇ ਸਿਕੰਦਰ ਹਾਲੈਂਡ ਛੱਤੀ ਪ੍ਰਧਾਨ ਵੱਲੋਂ ਵੇਖੋ ਵਾਹ ਨੌਜਵਾਨ ਪੁਆਇੰਟ ਪੁਆਇੰਟ ਕੱਲਾਂ ਵਾਲੇ ਅੰਬੂ ਦਾ ਪੁਆਇੰਟ ਕੱਲਾਂ ਵਾਲੇ ਅੰਬੂ ਦਾ ਇਹਨੂੰ ਕਹਿੰਦੇ ਖੋਸਿਆਂ ਵਾਲਾ ਵਿਰਸੇ ਦੇ ਵਿੱਚ ਕਬੱਡੀ ਮਿਲੀ ਹੈ ਬਾਪ ਨੇ ਕਬੱਡੀ ਸਿਰੇ ਦੀ ਖੇਡੀ ਹੁਣ ਪੁੱਤ ਵੀ ਕਬੱਡੀ ਦਾ ਸਟਾਰ ਹੈ ਸੱਟ ਲਾ ਗਈ ਸੀ ਪਰ ਲੁਹਾਰੇ ਵਾਲੀ ਸੱਚੀ ਸਰਕਾਰ ਦੀ ਮਿਹਰ ਹੋਈ ਤੇ ਖਿਡਾਰੀ ਫੇਰ ਖੇਡਦੇ ਬਣਾਉਣ ਦਾ ਸ਼ਿੰਗਾਰ ਹੈ ਮਾਰਾ ਕੱਲਾਂ ਵਾਲੇ ਸੁੱਖ ਉਹਨਾਂ ਨੂੰ ਜਸਵੀਰ ਉਹਨਾਂ ਨੂੰ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਵਾਲੇ ਮਾਰੇ ਵਾਲੀ ਟੋਨੇ ਹੋਣੀ ਮਾਣ ਕਰਦੇ ਹੈ ਇੱਧਰ ਵੇਖੋ ਲੱਖਾ ਧਰਮਕੋਟ ਦਾ 1000 ਰੁਪਈਆ ਅੰਬੂ ਜੇ ਮੂਹਰੇ ਹੋ ਕੇ ਜੱਥਾ ਲਾਵੇ ਹਰਭਜਨ ਸਿੰਘ ਜੀ ਯੂਕੇ ਵਾਲੇ ਛੱਤੀ ਪ੍ਰਧਾਨ ਤੇ ਰਾਜਾ ਹਾਲੈਂਡ ਵਾਲਾ ਉਹ ਕਹਿੰਦੇ ਸਿਕੰਦਰ ਹਾਲੈਂਡ ਵਾਲਾ ਉਹ ਕਹਿੰਦੇ 1000 ਰੁਪਈਆ ਅੰਬੂ ਦੇ ਜੱਫੇ ਦਾ 1000 ਹੀ ਬਗੀਚਾ ਤੇਰੇ ਜੱਫੇ ਦਾ ਵੇਖੋ ਵੇਖੋ ਬੱਲੇ 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 ਹੋਰ ਵਾਲੀ ਗੱਲ ਮੇਰੇ ਵੀਰੋ ਕਿ ਸੈਦੋ ਕੇ ਦਾ ਮੱਖਣ ਤੇ ਬਗੀਚਾ ਇੰਦ ਗੜੀ ਆ ਚੰਗੀ ਖੇਡ ਨਾਲ ਇਹਨਾਂ ਦੀ ਗੁੱਡੀ ਕਰੀ ਆ ਬੱਲੇ ਲੱਗਾ ਹੋਇਆ ਜੋਰ ਹੋੜ ਬਾਰੇ ਫਕਾਰੇ ਪ੍ਰਦੂਸ਼ਣ ਦਾ ਪੈਂਦਾ ਸ਼ਿਕਾਰ ਬੱਚੇ ਦੇ ਕੱਟਾ ਤਾਲਿਆ ਤੇ ਵੇਖੋ ਪੈਂਦਾ ਬੱਚੇ ਦੇ ਕੱਟਾ ਤਾਲਿਆ ਵੇਖੋ ਪੈਂਦਾ ਡਾਟ ਵੇਖੋ ਡਾਟ ਪੈਂਦਾ ਤੇ ਪੁਆਇੰਟ ਜਾਫੀ ਦਾ ਪੁਆਇੰਟ ਇਕਬਾਲ ਸਿੰਘ ਗਿੱਲ ਦਾ 500 ਰੁਪਈਆ ਗਿੱਲਾ ਤੇਰਾ ਆ ਗਿਆ ਮੇਰੇ ਕੋਲੇ ਇੱਕ ਛੱਤੀ ਬਾਈ 500 ਹੋਰ ਸੀ ਪਹਿਲਾਂ ਜੱਫਾ ਲੱਗਿਆ ਸੀ ਇੱਧਰ ਉਹ ਸੀ ਹਾਂ 1000 ਰੁਪਈਆ ਮੇਰੇ ਹੱਥ ਦੇ ਵਿੱਚ ਹੈ ਇੱਧਰ ਵੇਖੋ ਰਾਜਾਂ ਵਾਲੇ ਦੀ ਧਰਤੀ ਦਾ ਸੁੱਖਾ ਅਮਨ ਸਾਡਾ ਵੀਰ ਕਹਿੰਦਾ ਵੀ 500 ਰੁਪਈਆ ਖੀਰਾ ਵਾਲੀ ਵਾਲਿਓ ਜਿਹੜਾ ਵੀ ਜਾਫੀ ਜੱਫਾ ਲਾ ਦੇਵੇ ਸੁੱਖੇ ਨੂੰ ਅਮਨ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਹਿੰਦਾ 500 ਮੇਰਾ 500 ਭਜਨ ਸਿੰਘ ਯੂਕੇ ਵਾਲਿਆਂ ਦਾ 1000 ਰੁਪਈਆ ਵੇਖੋ ਆ ਜਾਂਦਾ ਮੁੰਡਾ ਆ ਜਾਂਦਾ ਸੁੱਖਾ ਪੁਆਇੰਟ ਰੇਡਰ ਦਾ ਚੱਲ ਵੀ ਨੌਜਵਾਨਾਂ ਵਾਅਦਾ ਕੇ ਪਾ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਹੈ ਕਿ ਲੱਖਤਰ ਕੋਟੀਆ ਤੇ ਸੁਖਰ ਦਿਆਲ ਕਾਲੂ ਰਸੂਲਪੁਰੀਆ ਤੇ ਮਾਲੇ ਵਾਲਾ ਪਾਲ ਸ਼ੇਰਾਂ ਦੇ ਜੋਧਿਆ ਬੁਲੰਦ ਹੌਸਲੇ ਤਾਵਾਂ ਕੋਈ ਇਹਨਾਂ ਮੂਹਰੇ ਹਿੱਕ ਤਾਣ ਦਾ ਪੁੱਤ ਜਿਹਨਾਂ ਮਾਵਾਂ ਦੇ ਕਬੱਡੀ ਖੇਡਦੇ ਕਿ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਉਧਰ ਕਹਿੰਦੇ ਸੁੱਖ ਜੀ ਬੈਠੇ ਆ ਕਿਉਂਕਿ ਡੰਡੇ ਮੂਹਰੇ ਭੂਤ ਨੱਚਦਾ ਬਜ਼ੁਰਗਾਂ ਤੇ ਨਿਚੋੜ ਕੱਢੇ ਆ ਕਿਉਂਕਿ ਕੋਚ ਬੈਠੇ ਆ ਅੰਬੂ ਜੱਫੇ ਕਿਵੇਂ ਨਾ ਲਾਊ ਕੋਚ ਬੈਠਾ ਸਿਰ ਤੇ ਨਾ ਸਾਹਮਣੇ ਕਹਿੰਦੇ ਇਸ ਵੇਲੇ ਕੌਣ ਉਹ ਕਹਿੰਦੇ ਲੱਖਾ ਕਬੱਡੀ ਵਾਲਾ ਹੋਇਆ ਧਰਮਕੋਟ ਦੀ ਧਰਤੀ ਦਾ ਲੱਖਾ ਕਮੈਂਟਰੀ ਕਲੱਬ ਵੱਲੋਂ ਇੰਗਲੈਂਡ ਖੇਡਿਆ ਤੇ ਕਹਿੰਦੇ ਰਿਚਮੰਡ ਦੀ ਟੀਮ ਵੱਲੋਂ ਕੈਨੇਡਾ ਖੇਡਿਆ ਉਧਰ ਖੀਰਾ ਵਾਲੀਆ ਮੁੰਡਾ ਕਰਦਾ ਟਰਾਈ ਨਾ ਲੱਖਾ ਬਹੁਤ ਤਕੜਾ ਪੁਆਇੰਟ ਜੋੜਦਾ ਹੋਇਆ ਉਧਰ ਅਮਨਦੀਪ ਸਾਡਾ ਵੀਰ ਨਾਲ ਸੱਤੀ ਪ੍ਰਧਾਨ ਨੂੰ ਐਲਾਨ ਕਰਦੇ ਵੀ ਮਾਨ ਸਨਮਾਨ ਵੱਖਰੇ ਤੌਰ ਤੇ ਦਿੱਤੇ ਜਾਣਗੇ ਕਿਉਂਕਿ ਅੱਜ ਪ੍ਰਬੰਧਿਤ ਵੀਰਾਂ ਦਾ ਵੀ ਚਾਹ ਨਹੀਂ ਚੱਕਿਆ ਜਾਂਦਾ ਅੱਜ ਚਾਹ ਨਹੀਂ ਚੱਕਿਆ ਜਾਂਦਾ ਰਾਤ ਦੇ ਕੋਈ 10-11 ਵਜੇ ਹੋਣਗੇ ਪਰ ਪਤਾ ਨਹੀਂ ਲੱਗਦਾ ਵੀ ਦਿਨ ਹੈ ਕਿ ਰਾਤ ਹੈ ਪਤਾ ਨਹੀਂ ਲੱਗਦਾ ਵੀ ਦਿਨ ਹੈ ਕਿ ਰਾਤ ਹੈ ਇਸੇ ਦਾ ਦਿਨ ਚੜੂ ਇੱਧਰ ਵੇਖੋ ਪੈਸੇ ਕਬੱਡੀ ਅੰਬੂ 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 ਪੁਆਇੰਟ ਜਾਫੀ ਦਾ ਪੁਆਇੰਟ ਜਾਫੀ ਦਾ ਛੱਤੀ ਬਾਈ 500 ਰੁਪਈਆ ਕੱਲਾ ਵਾਲੇ ਅੰਬੂ ਨੇ ਭੇਜ ਗਿਆ 1000 ਰੁਪਈਆ ਅੰਬੂ ਜੇ ਮੂਹਰੇ ਹੋ ਕੇ ਜੱਫਾ ਲਾ ਦੇਵੇ 1000 ਰੁਪਈਆ ਤੇਰੇ ਜੱਫੇ ਦਾ ਨੌਜਵਾਨਾ ਤੇਰੇ ਜੱਫੇ ਦਾ 1000 ਰੁਪਈਆ ਹੈ ਜੇ ਮੂਹਰੇ ਹੋ ਕੇ ਜੱਫਾ ਲਾਵੇ ਇੱਧਰ ਵੇਖੋ ਪਈ ਹੋਈ ਕਬੱਡੀ ਤੇ ਗੱਲ ਕਿਹੋ ਜਿਹੀ ਹੋਣੀ ਹੈ ਖੇਡ ਦੇ ਮੈਦਾਨ ਦੇ ਵਿੱਚ ਰੈਫਰੀ ਦਾ ਫੈਸਲਾ ਕੱਲ ਹੈ ਕੋਈ ਖਿਡਾਰੀ ਵੀਰ ਕਿੰਤੂ ਪ੍ਰੰਤੂ ਨਾ ਕਰੇ ਰੈਫਰੀ ਦਾ ਫੈਸਲਾ ਕੱਲ ਹੈ ਇੱਧਰ ਡਾਕਟਰ ਭਗਵੰਤ ਸਿੰਘ ਜੀ ਜਾਲ ਪੁਰਾਣੇ ਵਾਲ ਵਾਲੇ ਉਹ ਵੀ ਪੁੱਜੇ ਹੋਏ ਆਪਾਂ ਧੰਨਵਾਦ ਕਰਦੇ ਹਾਂ ਹਿੰਦੇ ਵੀਰ ਹੋਣੀ ਗੁਰਮੀਤ ਹੋਣੀ ਸਾਡੇ ਵੀਰ ਪ੍ਰੀਤਮ ਹੋਣੀ ਜ਼ਿੰਦਗੀ ਦੇ ਬਹੁਤ ਸਤਿਕਾਰਯੋਗ ਹੋਈ ਹੈ ਮੇਰੇ ਵੀਰੋ ਆਪਾਂ ਇਹਨਾਂ ਭਰਾਵਾਂ ਦੇ ਧੰਨਵਾਦ ਕਰਦੇ ਹਾਂ ਇੱਧਰ ਵੇਖੋ ਨੌਜਵਾਨ ਗੱਭਰੂ ਰਾਜਾਂ ਵਾਲੇ ਦੀ ਧਰਤੀ ਦਾ ਸੁੱਖਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਕਿ ਦਰਸ਼ਕ ਹੋਵੇ ਭਾਵੇਂ ਹੋਵੇ ਕਿ ਖਿਡਾਰੀ
लगे ना किसी नूं भैड़ी नशे की बीमारी। एक बारी शौक ना जे पैरे चसता ते जांदियां नहीं फिर आदतां छड्डियां लकड़ी नूं खांदा जिवें घुण जोधिया हौली हौली नशा खा जांदा हड्डियां लकड़ी नूं खांदा जिवें घुण जोधिया हौली हौली नशा खा जांदा हड्डियां। मैं भी सुखिया ओह गल बन गई भी हर दिन ऐतवार नहीं हुंदा हर दिन ऐतवार नहीं हुंदा। अमनदीप साडा वीर कौमी मीत प्रधान तुसीं बाय हैंड जाफी नूं पैसे दे दिओ ਇਹ ਸਾਡਾ ਵੀਰ ਅਮਨ 500 ਰੁਪਇਆ ਭੇਜ ਰਿਹਾ। ਅੱਜ ਐਲਈਡੀਆਂ ਦੇ ਫੈਸਲੇ ਖੁਸ਼ਿਆਂ ਵਾਲਾ ਸਮਾਂ ਥੋੜਾ ਰਹਿ ਗਿਆ ਪਤਾ ਨਹੀਂ ਉਹ ਕਿਹੜਾ ਭਾਗਾਂ ਵਾਲਾ ਖਿਡਾਰੀ ਹੋਣਾ ਕਿਹਦੀ ਮਾਂ ਨੇ ਕੋਲਾਂ ਦੇ ਉੱਤੇ ਤੇਲ ਚੋਣਾ ਤੇ ਕਿਹਦੇ ਘਰ ਜਾ ਕੇ ਕੰਨਾਂ ਦੇ ਉੱਤੇ ਫਿੱਟ ਹੋਣੀਆਂ ਐਲਈਡੀਆਂ। ਉਹ ਸਮੇਂ ਦੀ ਉਡੀਕ ਕਰਾਂਗੇ ਕਿ ਕੱਟ ਕਬੂਤਰ ਬਿਨ ਪਰਾਂ ਤੋਂ ਬਾਹਲਾ ਚਿਰ ਉੱਡਦੇ ਨਾ ਉਮਰ ਵਕਤ ਤੇ ਪਾਣੀ ਕਦੇ ਪਛਾਹ ਨੂੰ ਮੁੜਦੇ ਨਾ ਕਦੇ ਪਛਾਹ ਨੂੰ ਮੁੜਦੇ ਨਾ। ਛੱਤੀ ਬਾਈ ਬਗੀਚੇ ਨੇ ਜੱਫਾ ਲਾਤਾ 1000 ਰੁਪਇਆ ਬਗੀਚਾ ਫਾੜੋ ਨੌਜਵਾਨਾਂ। ਮੈਚ ਸਮਾਪਤ ਇੰਦਗੜ੍ਹ ਦੀ ਬਗੀਚੇ ਦੀ ਟੀਮ ਜੇਤੂ ਰਹੀ ਹੈ। ਇਸ ਮੈਚ ਚ ਇੰਦਗੜ੍ਹ ਜੋ ਵਿਨਰ ਰਹੀ ਹੈ ਚੂੜ ਚੱਕ ਵਰਸਿਜ ਯੋਧਾ ਚੂੜ ਚੱਕ ਤੇ ਯੋਧਾ ਦੋਨੋਂ ਟੀਮਾਂ ਸੈਂਟਰ ਲਾਈਨ ਦੇ ਉੱਤੇ ਆ ਜਾਣ। ਰਾਤ ਦੇ 10 ਵੱਜ ਚੁੱਕੇ ਹੈ ਮੈਚ ਬਸ ਸਿਰੇ ਤੇ ਖੇਡੇ ਜਾ ਰਹੇ ਹੈ। ਚੁਗਾਵੇਂ ਦੀ ਧਰਤੀ ਅੱਜ ਕਹਿੰਦੇ ਧੰਨ ਧੰਨ ਬਾਬੇ ਸ਼ਹੀਦੀ ਵੱਡੀ ਅਪਾਰ ਕਿਰਪਾ ਦਰਸ਼ਕ ਵੀਰ ਜਿੰਨੇ ਜੁੜੇ ਹੋਏ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਖੁਸ਼ਾ ਵਾਲਿਆ ਜੇ ਆਹ ਰੱਬ ਵਰਗੇ ਦਰਸ਼ਕ ਵੀਰ ਨਾ ਹੋਣ ਕਬੱਡੀ ਨੂੰ ਕੋਈ ਨਾ ਦੇਖੇ ਆਪਾਂ ਨੂੰ ਕੋਈ ਨਾ ਸੁਣੇ ਆਪਾਂ ਇਹਨਾਂ ਦਾ ਵੀ ਸਤਿਕਾਰ ਕਰਨਾ ਹੈ। ਦਰਸ਼ਕ ਵੀਰਿਓ ਇੱਕ ਵਾਰੀ ਆਪਣੇ ਆਪ ਲਈ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਆਪਣੇ ਆਪ ਲਈ ਤਾੜੀ ਮਾਰ ਦਿਓ। ਬਹੁਤ ਵੱਡਾ ਧੰਨਵਾਦ ਹੈ ਇਹਨਾਂ ਰੱਬ ਰੂਪੀ ਸੰਗਤਾਂ ਦਾ ਜਿਹੜੇ ਹੁਣ ਤੱਕ ਜੁੜੇ ਹੋਏ ਇਸ ਖੇਡ ਮੇਲੇ ਦੇ ਨਾਲ। ਛੱਤੀ ਪ੍ਰਧਾਨ ਨੂੰ ਮੁਬਾਰਕਬਾਦ ਹੈ ਸਾਡੇ ਵੀਰ ਅਮਰ ਉਹਨਾਂ ਨੂੰ ਬੜੇ ਸੈਮੀ ਫਾਈਨਲ ਦੀਆਂ ਤਾਈਆਂ ਕੱਢਣ ਆ ਗਿਆ ਜੇਤੂ ਰਾ ਕੇ ਓਪਨ ਟੀਮ ਦਾ ਇੱਕ ਪਲੇਅਰ ਸਾਡੇ ਕੋਲ ਪਹੁੰਚ ਗਏ ਸੈਮੀ ਫਾਈਨਲ ਮੈਚਾਂ ਦੀ 75 ਕਿਲੋ ਦਾ ਫਾਈਨਲ ਮੈਚ ਬੜਾ ਇਸ ਮੈਚ ਤੋਂ ਬਾਅਦ ਆ ਅਮਨਦੀਪ ਨੋਟ ਕਰੀ ਬੜਾ 75 ਕਿਲੋ ਦਾ ਫਾਈਨਲ ਮੈਚ ਹੈ ਇਸ ਮੈਚ ਤੋਂ ਬਾਅਦ ਫਾਈਨਲ ਮੈਚ ਦੋਨੇ ਟੀਮਾਂ ਗਰਾਊਂਡ ਚੜ ਗਈਆਂ। ਮੇਰੀ ਬੇਨਤੀ ਹੈ ਮੁਬਾਰਕਾਂ ਅੱਜ ਤੁਹਾਡੀ ਪ੍ਰਬੰਧਕੀ ਕਮੇਟੀ ਨੂੰ ਗਾਲਬ ਵਾਲਿਆ ਮੈਚ ਹਰਦੀਪ ਖੇਡੇ ਗਏ ਆ ਸਾਰੇ ਨਗਰ ਨੂੰ। ਭਾਈ ਬਲਜੀਤ ਸਿੰਘ ਮੁਬਾਰਕਬਾਦ ਆ ਤੁਹਾਡੀ ਪ੍ਰਬੰਧਕੀ ਕਮੇਟੀ ਨੂੰ ਵੱਡੇ ਪ੍ਰਬੰਧ ਕੀਤੇ ਥੋੜੇ ਦਿਨਾਂ ਦੇ ਵਿੱਚ ਹੀ ਦੇਖੋ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਿਹਰ ਹੋਈ ਪੰਜਾਬ ਦੇ ਕੋਨੇ ਕੋਨੇ ਦੇ ਵਿੱਚੋਂ ਸਿਰੇ ਦੀਆਂ ਟੀਮਾਂ ਪੁੱਜੀਆਂ ਪੂਰੇ ਟੌਪ ਦੇ ਪਲੇਅਰ ਆਏ। ਹੁਣ ਇਹ ਨਹੀਂ ਪਤਾ ਵੀ ਤੂੰ ਸੱਚ ਬੋਲਦਾ ਕਿ ਝੂਠ ਬੋਲਦਾ ਪਰ ਮੈਨੂੰ ਲੱਗਦਾ ਵੀ ਪਿਛਲੇ 5 ਸਾਲਾਂ ਤੋਂ ਇਹਨਾਂ ਨੇ ਤਿਆਰੀ ਕੀਤੀ ਲੱਗਦੀ ਹੈ। ਇਹੋ ਜਿਹੀਆਂ ਟੀਮਾਂ ਸੱਦਣੀਆਂ ਹੋਣ ਤੇ ਆਏ ਲੱਗਦਾ ਵੀ ਜਿਵੇਂ ਪਿਛਲੇ 5 ਸਾਲਾਂ ਤੋਂ ਤਿਆਰੀ ਚੱਲੀ ਜਾਂਦੀ ਸੀ। ਬੂਟਾ ਸਿੰਘ ਜੀ ਕੋਚ ਮਨਸੂਰ ਵਾਲ ਵਾਲੇ ਉਹ ਗਰਾਊਂਡ ਦੇ ਵਿੱਚ ਆ ਜਾਣ ਮੇਰੀ ਬੇਨਤੀ ਹੈ। ਬੂਟਾ ਸਿੰਘ ਜੀ ਕੋਚ ਮਨਸੂਰ ਵਾਲ ਵਾਲੇ ਉਹ ਜਲਦੀ ਨਾਲ ਖੇਡ ਕਬੱਡੀ ਦੇ ਮੈਦਾਨ 'ਚ ਪੁੱਜਣਗੇ। ਚੂੜ ਚੱਕ ਤੇ ਜੋਧਾ ਦਾ ਮੈਚ ਸਟਾਰਟ ਹੋ ਚੁੱਕਿਆ। ਇੱਧਰ ਵੇਖੋ ਜੋਧਾ ਵਾਲੇ ਗੱਭਰੂ ਨੇ ਕਬੱਡੀ ਪਾਈ ਹੈ। ਸਰ ਨੇ ਪਹਿਲੀ ਦਾ ਪਿੰਡ ਪੱਪੀ ਦਾ ਪਿੰਡ ਆ ਪੱਪੂ ਦਾ ਪਿੰਡ ਆ ਚੂੜ ਚੱਕ। ਇੱਧਰ ਕਹਿੰਦੇ 4 ਜਾਫੀ ਉਸੇ ਨਗਰ ਦੇ ਜ਼ਿਲ੍ਹੇ ਮੋਗੇ ਵਾਲੇ ਬਿਲਕੁਲ ਤਿਆਰ ਹੈ। ਪਹਿਲੇ ਸੱਟੇ ਕੀਤੀ ਟਰਾਈ ਤੇ ਪੁਆਇੰਟ ਰੇਡਰ ਦਾ ਆਹ ਮੁੰਡਾ ਕਹਿੰਦੇ ਚੜ੍ਹਦੀ ਜੀ ਉਮਰ ਦਾ ਇਸ ਸਮੇਂ ਚੂੜ ਚੱਕੀਆਂ ਕਬੱਡੀ ਪਾ ਰਿਹਾ ਕਿ ਹੁੰਦਾ ਕੁਝ ਪਲ ਲਈ ਝੂਠਾ ਜਿਹਾ ਸਕੂਨ ਜੋਤ ਵਾਂਗੂ ਚੂਸਦਾ ਸਰੀਰ ਵਿੱਚ ਖੂਨ ਸ਼ਕਲ ਹੋ ਜਾਂਦੀ ਚੂਪੇ ਅੰਬ ਵਰਗੀ ਰਹਿੰਦੀ ਰੌਣਕ ਨਾ ਮੂੰਹ ਤੇ ਜਾਣ ਅੱਖਾਂ ਟੱਡੀਆਂ ਲੱਕੜੀ ਨੂੰ ਖਾਂਦਾ ਜਿਵੇਂ ਘੁੰਡ ਹੌਲੀ ਹੌਲੀ ਨਸ਼ਾ ਖਾ ਜਾਂਦਾ ਹੱਡੀਆਂ ਲੱਕੜੀ ਨੂੰ ਖਾਂਦਾ ਜਿਵੇਂ ਘੁੰਡ। ਹੈਲੋ ਬ੍ਰੋ ਕਬੱਡੀ 75 ਕਿਲੋ ਦਾ ਫਾਈਨਲ ਮੈਚ ਆ ਦੋਨੋਂ ਟੀਮਾਂ ਗਰਾਊਂਡ ਦੇ ਲਵੇ ਰਹਿਣ ਕਬੱਡੀ 75 ਕਿਲੋ ਦਾ ਫਾਈਨਲ ਮੈਚ ਆ ਖੁਸ਼ਿਆਂ ਵਾਲਿਆ ਪੁਰਾਣੇ ਵਾਲੀਆਂ ਨਿੱਕਾ ਸਾਲ ਕਨੇਡਾ ਖੇਡ ਰਿਹਾ ਤੇ ਹੁਣ ਵੀ
ਉਧਰੋਂ ਲਾਈਵ ਮੈਚ ਦੇਖ ਰਿਹਾ ਜਿਹੜਾ ਹੈ ਕਬੱਡੀ 365.com ਦੇ ਜ਼ਰੀਏ ਕਿ ਮਾਰਦਾ ਧੜਕਾ ਤੇ ਖੋਤਦਾ ਹੈ ਕਿੱਪੀ ਮੂੰਹ ਤੇ ਮੂੰਹ ਸੁੱਟ ਦਿੰਦਾ ਲਾਉਂਦਾ ਜਦੋਂ ਠਿੱਪੀ ਤੇ ਬੋਲਦਾ ਨਹੀਂ ਉੱਚਾ ਨਾ ਹੀ ਬੋਲੇ ਕਦੇ ਫਿੱਕਾ ਪੂਰਾ ਸਿਰੇ ਦਾ ਖਿਡਾਰੀ ਪੁਰਾਣੇ ਵਾਲ ਵਾਲਾ ਨਿੱਕਾ ਲਕਸ਼ਮਣ ਸਾਹਿਬ ਗਿੱਲ ਦਾ ਪੁੱਤ ਵਾਹਿਗੁਰੂ ਦੀ ਮਿਹਰ ਹੋਈ ਇਸ ਸਾਲ ਕਬੱਡੀ ਖੇਡ ਰਿਹਾ ਉਹ ਵੀ ਜੁੜਿਆ ਹੋਇਆ ਇਸ ਟੂਰਨਾਮੈਂਟ ਦੇ ਨਾਲ ਕਬੱਡੀ 365.com ਦੇ ਜ਼ਰੀਏ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ ਵੇਖੋ ਚੂੜ ਚੱਕੀ ਅਤੇ ਜਾਫੀ ਜੋਧਾ ਮਾਲ ਦਾ ਪੁਆਇੰਟ ਜਾਫੀ ਦਾ ਪੁਆਇੰਟ ਜਾਫੀ ਦਾ ਚੱਲੋ ਨੌਜਵਾਨਾਂ ਇੱਧਰ ਵੇਖੋ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਵਾਧਾ ਹੋਏ ਆ ਬਾਪੂ ਕਰਨੈਲ ਸਿੰਘ ਜੀ ਉਮਰੀਆਣੇ ਵਾਲੇ ਬੜੀ ਪਿਆਰੀ ਸਾਊਂਡ ਹੈ ਪੰਜਾਬ ਦੇ ਖੇਡ ਮੇਲਿਆਂ ਦੀ ਹੀਰੋ ਸਾਊਂਡ ਹੈ ਸੱਚੇ ਪਾਤਸ਼ਾਹ ਮਿਹਰ ਕਰੇ ਲੁਹਾਰੇ ਵਾਲੀ ਸੱਚੀ ਸਰਕਾਰ ਦਿਨ ਦੁੱਗਣੀ ਤੇ ਰਾਤ ਚੌਕੀ ਤਰੱਕੀ ਕਰਨੇ ਵੀਰ ਵੇਖੋ ਚੂੜ ਚੱਕੀ ਦੀ ਪਈ ਕੀਤੀ ਹੋਈ ਟਰਾਈ ਤੇ ਪੁਆਇੰਟ ਇੱਧਰ ਦਾ ਚੱਲ ਵੀ ਨੌਜਵਾਨ ਕਿ ਗੱਭਰੂ ਪੰਜਾਬੀ ਅੱਤ ਦੇ ਸ਼ਿਕਾਰੀ ਹੋ ਮੋਹ ਦਾ ਸਹਾਰਾ ਨਸ਼ੇ ਦਾ ਖਿਡਾਰੀ ਹੋ ਦੁੱਧ ਘਿਓ ਖਾ ਕੇ ਜਿਹੜੇ ਲਾਉਂਦੇ ਮਿਹਨਤ ਦਾ ਉਹੀ ਲੰਮੀ ਤਾਰੀ ਖੇਡਦੇ ਕਰਦੀਆਂ ਲੱਕੜੀ ਨੂੰ ਖਾਂਦਾ ਜਿਵੇਂ ਘੋੜੀ ਯੋਧਿਆ ਹੌਲੀ ਹੌਲੀ ਨਸ਼ਾ ਖਾ ਜਾਂਦਾ ਹੱਡੀਆਂ ਲੱਕੜੀ ਨੂੰ ਖਾਂਦਾ ਜਿਵੇਂ ਘੋੜੀ ਯੋਧਿਆ ਹੌਲੀ ਹੌਲੀ ਨਸ਼ਾ ਖਾ ਜਾਂਦਾ ਹੱਡੀਆਂ ਉਧਰ ਪ੍ਰੀਤ ਸਟੂਡੀਓ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਵੀਰ ਸੁੱਖੇ ਓੜੀ ਆਪਾਂ ਵਿਸ਼ੇਸ਼ ਤੌਰ ਤੇ ਨਜ਼ਰ ਧੰਨਵਾਦ ਕਰਾਂਗੇ ਪ੍ਰੀਤ ਸਟੂਡੀਓ ਨਾਲ ਕਬੱਡੀ 365.com ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਪੂਰੀ ਦੁਨੀਆ ਭਰ ਦੇ ਵਿੱਚ ਲਾਈਵ ਕੀਤਾ ਜਾ ਰਿਹਾ 75 ਕਿਲੋ ਭਾਰ ਦੀਆਂ ਫਾਈਨਲ ਮੈਚ ਦੀਆਂ ਦੋਵੇਂ ਟੀਮਾਂ ਇੰਦਗੜ ਵਰਸਿਜ ਬਦਰਾ ਜਲਦੀ ਤੋਂ ਜਲਦੀ ਗਰਾਊਂਡ ਚਾਹੁਣਗੀਆਂ ਇੰਦਗੜ ਤੇ ਬਦਰਾ 75 ਕਿਲੋ ਭਾਰ ਦੇ ਫਾਈਨਲ ਮੈਚ ਖੇਡਣ ਦੇ ਲਈ ਜਲਦੀ ਨਾਲ ਗਰਾਊਂਡ 'ਚ ਪੁੱਜਣਗੀਆਂ ਇੱਧਰ ਧੰਨਾਵਾੜਾ ਮਲਕੀਤ ਦੀਆਂ ਸਕਿੰਟਾਂ ਦੀਆਂ ਜ਼ਿੰਮੇਵਾਰੀਆਂ ਦੇ ਰਿਹਾ ਪਿੰਡੂ ਵੀਰ ਸਾਡਾ ਭਗਤੇ ਵਾਲਾ ਭਾਈ ਬਹਿਲੋ ਲਾਈਟ ਸਰਵਿਸ ਭਗਤੇ ਭਾਈ ਵਾਲਾ ਦੀਆਂ ਲਾਈਟਾਂ ਜਗ ਰਹੀਆਂ ਵੇਖੋ ਮੈਚ ਸਿਰੇ ਦੇ ਖੇਡੇ ਜਾ ਰਹੇ ਹੈ ਇੰਦਗੜ ਤੇ ਮੀਨੀਆਂ ਪਹਿਲਾਂ ਗਰਾਊਂਡ 'ਚ ਆਉਣਗੇ ਇੰਦਗੜ ਤੇ ਮੀਨੀਆਂ ਇਹ ਟੀਮਾਂ ਪਹਿਲਾਂ ਗਰਾਊਂਡ 'ਚ ਆਉਣਗੀਆਂ 75 ਦਾ ਫਾਈਨਲ ਸੈਮੀ ਓਪਨ ਦੇ ਮੈਚ ਤੋਂ ਬਾਅਦ ਕਰਵਾਵਾਂਗੇ ਇੱਧਰ ਵੇਖੋ ਨੌਜਵਾਨ ਗੱਭਰੂ ਜੋਧਾ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲੋ ਚੂੜ ਚੱਕੀਆ ਨੌਜਵਾਨਾਂ ਬਾਅਦ ਅੱਗੇ ਪਾ ਕਬੱਡੀ ਤੇ ਪੁੱਤਾਂ ਦੀਆਂ ਬਾਤਾਂ ਮੰਗੇ ਰੱਬ ਕੋਲੋਂ ਜੱਗ ਪਾਲਿਆ ਚਾਹਾਂ ਨਾ ਜਾਵੇ ਨਸ਼ੇ ਤੇ ਲੱਗ ਮੋਹ ਤੇ ਨਹੀਂ ਹੁੰਦਾ ਕਿਸੇ ਦਾ ਨਸ਼ੇੜੀ ਨੂੰ ਵੇਚ ਲੈਂਦਾ ਘਰ ਤੇ ਜ਼ਮੀਨਾਂ ਗੱਡੀਆਂ ਲੱਕੜੀ ਨੂੰ ਖਾਂਦਾ ਜਿਵੇਂ ਘੋੜੀ ਯੋਧਿਆ ਹੌਲੀ ਹੌਲੀ ਨਸ਼ਾ ਖਾ ਜਾਂਦਾ ਹੱਡੀਆਂ ਲੱਕੜੀ ਨੂੰ ਖਾਂਦਾ ਜਿਵੇਂ ਘੋੜੀ ਯੋਧਿਆ ਹੌਲੀ ਹੌਲੀ ਨਸ਼ਾ ਖਾ ਜਾਂਦਾ ਹੱਡੀਆਂ ਉਧਰ ਕਹਿੰਦੇ ਪੁਆਇੰਟ ਰੇਟਰ ਦਾ ਪੁਆਇੰਟ ਰੇਟਰ ਦਾ ਅਗਲੀ ਕਬੱਡੀ ਖੇਡ ਗਰਾਊਂਡ ਦੇ ਵਿੱਚ ਫਿਰ ਦੇਖਾਂਗੇ ਪਾਉਣ ਦੇ ਲਈ ਵਾਧਾ ਹੋਇਆ ਕਿ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਫਿੱਟੂ ਸੱਭੇ ਵਾਂਗੂ ਪਾ ਦਿਓ ਕਬੱਡੀ ਆ ਜਿੱਤਣ ਵੀ ਦੇਣੇ ਹੋਰ ਮਿੱਤਰ ਆ ਸਾਹਮਣੇ ਪਿਆ ਕੱਪ ਕੀ ਨੇ ਚੁੰਮਣਾ ਨਾ ਕਿ ਡੌਲਿਆ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ ਆ ਸਾਹਮਣੇ ਪਿਆ ਕੱਪ ਕੀ ਨੇ ਚੁੰਮਣਾ ਨਾ ਕਿ ਡੌਲਿਆ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ ਰਜੀਤ ਸਿਆ ਜ਼ੋਰ ਲੱਗਣਾ ਦੇਖਣਾ ਵੀ ਕਿਹੜਾ ਭਾਗਾਂ ਵਾਲਾ ਖਿਡਾਰੀ ਹੋਵੇਗਾ ਖਾਕੀਆਂ ਖੁਰਾਕਾਂ ਦੇ ਆ ਮੁੱਲ ਬੋਲ ਦੇ ਤੁਰਨਾ ਹੈ ਮੋਰਾ ਵਾਲੀ ਤੋਰ ਮਿੱਤਰੋ ਆ ਸਾਹਮਣੇ ਪਿਆ ਕੱਪ ਕੀ ਨੇ ਚੁੰਮਣਾ ਨਾ ਕਿ ਡੌਲਿਆ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ ਆ ਸਾਹਮਣੇ ਪਿਆ ਕੱਪ ਕੀ ਨੇ ਚੁੰਮਣਾ ਲਾ ਕੇ ਦੌੜਿਆ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ ਮੈਂ ਦੇਖ ਬਾਈ ਜਸ ਗੱਲਾਂ ਵਾਲਿਆ ਆ ਮੁੰਡਾ ਚੂੜ ਚੱਕ ਵਾਲਾ ਪੁਆਇੰਟ ਲੈ ਕੇ ਭੱਜਿਆ ਜਾਂਦਾ ਤਾਰੀ ਇਡਲੀ ਵਾਲਾ ਉਹ ਵੀ ਜੁੜਿਆ ਹੋਇਆ ਇਹਨਾਂ ਮੈਚਾਂ ਦੇ ਨਾਲ ਹਰਭਜਨ ਸਿੰਘ ਜੀ ਯੂਕੇ ਸਿਕੰਦਰ ਹਾਲੈਂਡ ਦੇ ਰਾਜਾ ਯੂਕੇ ਵਾਲਾ ਉਹ ਵੀ ਜੁੜੇ ਹੋਏ ਆ ਅਮਨਦੀਪ ਸਿਆ ਇੱਕ ਐਲਈਡੀ ਅੱਜ ਤੇਰੇ ਘਰੋਂ ਆਉਣੀ ਹੈ ਤੇ ਇੱਕ ਐਲਈਡੀ ਸਿਕੰਦਰ ਹਾਲੈਂਡ ਵਾਲੇ ਨੇ ਭੇਜੀ ਹੈ 41,000 ਰੁਪਇਆ 36 ਗਿਣ ਕੇ ਲਿਫਾਫੇ 'ਚ ਪਾ ਕੇ ਜੇਬ 'ਚ ਪਾਈ ਫਿਰਦਾ ਕਹਿੰਦਾ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਦੇਵਾਂਗੇ ਮੈਚ ਸਮਾਪਤ ਜੋਧਾ ਦੀ ਟੀਮ ਜੇਤੂ ਰਹੀ ਹੈ ਮੀਨੀਆਂ ਤੇ ਇੰਦਗੜ ਜਲਦੀ ਨਾਲ ਗਰਾਊਂਡ 'ਚ ਆਉਣਗੇ ਮਾਈਕ ਤੇ ਗੁਰਚਰਨ ਸੁਨੇਹਰ ਜੀ ਅਗਲੀ ਗੱਲਬਾਤ ਕਰਨਗੇ ਹੈਲੋ ਇੰਦਗੜ ਵਰਸੇ ਮੀਨੀਆਂ ਗੁਰਚਰਨ ਬਾਈ ਹਰਬੰਸ ਸਿੰਘ ਜੀ ਡੈਰੀ ਵਾਲੇ ਪੁਰਾਣੇ ਵਾਲ ਵਾਲੇ ਆਪਣੇ ਘਰੇ ਚਲੇ ਜਾਣ ਇੰਦਗੜ ਤੇ ਮੀਨੀਆਂ ਮਾਈਕ ਤੇ ਸਾਡੇ ਸਤਿਕਾਰਯੋਗ ਸੀਨੀਅਰ ਕਮੈਂਟੇਟਰ ਗੁਰਚਰਨ ਸਿੰਘ ਜੀ ਸੁਨੇਹਰ ਅਗਲੀ ਗੱਲਬਾਤ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਖੇਡ ਦੇ ਮੈਦਾਨ ਦੇ ਵਿੱਚ ਪਹੁੰਚਣ ਪਹਿਲਾਂ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ ਪੰਜਾਬ ਦੀਆਂ ਉੱਚ ਕੋਟੀ ਦੀਆਂ ਪੁੱਜੀਆਂ ਹੋਈਆਂ ਟੀਮਾਂ ਦੇ ਵਿੱਚੋਂ ਕੁਝ ਕੁ ਟੀਮਾਂ ਜਿਹੜੀਆਂ ਸੈਮੀਫਾਈਨਲ ਦੇ ਵਿੱਚ ਖੇਡ ਰਹੀਆਂ ਨੇ ਪੀਤਾ ਸਾਡਾ ਵੀ ਡੈਰੀ ਵਾਲਾ ਔਰ ਕੋਠਿਆਂ ਵਾਲਾ ਸਾਡਾ ਵੀਰ ਜਤਿੰਦਰ ਰਿੰਪੀ ਦਾਤੇ ਵਾਲਾ
ਗੁੱਗੂ ਸਰਪੰਚ ਦੀਆਂ ਖੰਬੀਆਂ ਸਜੀਆਂ ਬਾਹਾਂ ਕਹਿੰਦੇ ਵੀ ਖੋਸਿਆਂ ਵਾਲਿਆ ਦਾਤੇ ਵਾਲਾ ਰਿੰਪੀ ਤੇ ਬਾਰੇ ਵਾਲੀਆਂ ਟੋਨਾ ਦੋਨੇ ਸਾਧੂ ਹੈ ਦੋਨੇ ਸਾਧੂ ਹੈ ਤਿੰਨ ਕੂਲਰ ਦੇਣੇ ਇਸ ਸਾਲ ਰਿੰਪੀ ਕਹਿੰਦਾ ਵੀ ਤਿੰਨ ਕੂਲਰ ਦੇਣੇ ਹੈ ਦੋ ਤਾਂ ਆਪਣੇ ਲਈ ਤੇ ਤੀਜਾ ਸੁੱਖੇ ਖੰਡਿਆਲ ਦੇ ਲਈ ਬਾਰਵੇਂ ਮਹੀਨੇ ਰਿੰਪੀ ਕਹਿੰਦਾ ਵੀ ਡੇਟਾ ਫਿਕਸ ਕਰ ਦੇਣੀ ਹੈ ਗੁਰਚਰਨ ਸੁਨੀਰ ਜੀ ਦੋਨੋਂ ਟੀਮਾਂ ਬਿਨੇ ਕਿਸੇ ਗਰੀਬ ਤੋਂ ਖੇਡ ਦੇ ਮੈਦਾਨ ਦੇ ਵਿੱਚ ਪੁੱਜਣ ਇੱਕ ਮਿੰਟ ਦਾ ਸਮਾਂ ਹੈ ਇੰਦਗੜਾ ਵਰਸੇ ਮਿੰਨੀਆਂ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਪੁੱਜਣ ਆਪਾਂ ਜਦ ਵੀ ਫਾਈਨਲ ਮੈਚ ਹੋਣਾ ਉਸ ਤੋਂ ਪਹਿਲੇ ਜਿਹੜਾ 75 ਕਿਲੋ ਦਾ ਫਾਈਨਲ ਮੈਚ ਕਰਾਵਾਂਗੇ ਜੋ ਕਿ ਆਪਣੇ ਗਰਾਊਂਡ ਨੂੰ ਆਪਾਂ ਇਸੇ ਤਰ੍ਹਾਂ ਰੈਗੂਲਰ ਚੱਲ ਨੂੰ ਰੱਖਾਂਗੇ ਸੋ ਜਲਦੀ ਤੋਂ ਜਲਦੀ ਮਿੰਨੀਆਂ ਦੇ ਲੱਖੇ ਨੂੰ ਬੇਨਤੀ ਹੈ ਇੰਦਗੜ ਦੇ ਬਗੀਚੇ ਨੂੰ ਕਹਾਂਗੇ ਵੀ ਜਲਦੀ ਆਪਣੀ ਟੀਮ ਨੂੰ ਲੈ ਕੇ ਪੁੱਜ ਜਾਵੇ ਖੇਡ ਦੇ ਮੈਦਾਨ ਦੇ ਵਿੱਚ ਸੋਹਣਾ ਮੈਚ ਹੈ ਸੈਮੀ ਫਾਈਨਲ ਸ਼ੁਰੂ ਹੋਣ ਜਾ ਰਿਹਾ ਔਰ ਦੂਸਰਾ ਸੈਮੀ ਫਾਈਨਲ ਮੈਚ ਜਿਹੜਾ ਮਾਨਕਾ ਤੇਰੀ ਟੀਮ ਨੇ ਖੇਡਣਾ ਡਾਲਾ ਵਰਸੇ ਜੋਧਾ ਦੇ ਦਰਮਿਆਨ ਖੇਡਿਆ ਜਾਣਾ ਹੈ ਦੂਸਰਾ ਸੈਮੀ ਫਾਈਨਲ ਮੈਚ ਇਹ ਵੀ ਟੀਮਾਂ ਬਿਨਾਂ ਕਿਸੇ ਗਰੀਬ ਤੋਂ ਜਲਦੀ ਖੇਡ ਦੇ ਮੈਦਾਨ ਦੇ ਪੁੱਜਣ ਮੈਚ ਬਹੁਤ ਤਕੜੇ ਖੇਡੇ ਗਏ ਨੇ ਪਰ ਆਹ ਜਿਹੜੇ ਦੋ ਮੈਚ ਹੈ ਇਹ ਵੀ ਸਿਰੇ ਦੇ ਮੈਚ ਖੇਡੇ ਜਾਣੇ ਇਸ ਤੋਂ ਬਾਅਦ ਫਾਈਨਲ ਫਿਰ ਇਲ ਇੰਡੀਆ ਦੇ ਫੈਸਲੇ ਹੋਣਗੇ ਖੇਡ ਦੇ ਮੈਦਾਨ ਦੇ ਵਿੱਚ ਪੁੱਜੇ ਹੋਏ ਦਰਸ਼ਕ ਵੀਰਾਂ ਦਾ ਜੋ ਗੋਲ ਜੇ ਦਾਇਰੇ ਦੇ ਨਾਲ ਸਵੇਰ ਤੋਂ ਲੈ ਕੇ ਸਾਡਾ ਸਾਥ ਦੇ ਰਹੇ ਨੇ ਵੱਡਾ ਧੰਨਵਾਦ ਹੈ ਇਸ ਕਮੇਟੀ ਵੱਲੋਂ ਇਸ ਕਲੱਬ ਵੱਲੋਂ ਇਸ ਸੰਸਥਾ ਵੱਲੋਂ ਪਹੁੰਚੇ ਹੋਏ ਦਰਸ਼ਕ ਵੀਰਾਂ ਦਾ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਪੁੱਜਣ ਸੁਰਜੀਤ ਸਿੰਘ ਜੀ ਇੰਦਗੜ ਵਰਸੇ ਮੀਨੀਆਂ ਨੂੰ ਬਾਰ ਬਾਰ ਸੱਦਾ ਦਿੱਤਾ ਜਾ ਰਿਹਾ ਦੇਖੋ ਕਿੰਨੇ ਦਰਸ਼ਕ ਵੀਰ ਤੁਹਾਡੀ ਖੇਡ ਨੂੰ ਤੱਕਣ ਦੇ ਲਈ ਬੈਠੇ ਹੈ ਔਰ ਸਮਾਂ ਕਿੰਨਾ ਹੋ ਚੁੱਕਿਆ ਤੇ ਕਿੰਨਾ ਜੇ ਹੋਰ ਹੋਣਾ ਹੈ ਔਰ ਭਗਤੇ ਵਾਲਿਆਂ ਦੀਆਂ ਲਾਈਟਾਂ ਨੇ ਪੂਰਾ ਦਿਨ ਚਾੜਿਆ ਹੋਇਆ ਪਤਾ ਨੀ ਲੱਗਦਾ ਔਰ ਮੈਂ ਬੇਨਤੀ ਕਰਾਂ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਪੁੱਜਣ ਦੇ ਲਈ ਦੋਨੋਂ ਟੀਮਾਂ ਨਾਲ ਹੀ ਡਾਲਾ ਤੇ ਯੋਧਾ ਦੂਸਰਾ ਸੈਮੀ ਫਾਈਨਲ ਮੈਚ ਖੇਡਣਗੀਆਂ ਉਸ ਤੋਂ ਬਾਅਦ ਕਬੱਡੀ 75 ਕਿਲੋ ਦਾ ਫਾਈਨਲ ਮੈਚ ਤੇ ਫਿਰ ਐਲ ਇੰਡੀਆ ਦੇ ਫੈਸਲੇ ਕੀਤੇ ਜਾ ਰਹੇ ਹੈ ਸੋ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਜਲਦੀ ਆ ਜਾਓ ਮੇਰੇ ਮਿੱਤਰੋ ਜਿੱਥੇ ਵੀ ਤੁਸੀਂ ਆਵਾਜ਼ ਨੂੰ ਸੁਣਦੇ ਮੈਂ ਤੇ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਲਾਗੇ ਰਹੋ ਹੁਣ ਗੱਡੀਆਂ ਦੇ ਕੋਲੇ ਜਾਣ ਦੀ ਲੋੜ ਨਹੀਂ ਆਪਾਂ ਧੰਨਵਾਦ ਕਰਾਂਗੇ ਸਾਰੇ ਖਿਡਾਰੀਆਂ ਦਾ ਔਰ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੁਰਜੀਤ ਸਿੰਘ ਜੀ ਦੇ ਪਰਿਵਾਰ ਵੱਲੋਂ ਵੀ ਵੱਡੇ ਮਾਨ ਸਨਮਾਨ ਪੁੱਜੇ ਨੇ ਪੰਜਾਬੀ ਮਾਂ ਬੋਲਣ ਤੋਂ ਖੁਸ਼ ਹੋ ਕੇ ਸੱਚੇ ਪਾਤਸ਼ਾਹ ਲੰਬੀਆਂ ਆਪਣਾ ਬਖਸ਼ੇ ਬਲਜੀਤ ਸਿੰਘ ਦਾ ਵੱਡਾ ਪ੍ਰਬੰਧ ਕੀਤਾ ਹੋਇਆ ਟੈਂਟ ਦਾ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ ਇਸ ਸੰਸਥਾ ਵੱਲੋਂ ਭਾਈ ਸਤਪਾਲ ਸੱਤੀ ਜਿਹਨਾਂ ਦੀ ਸਾਰੀ ਟੀਮ ਨੇ ਇਕੱਲੇ ਇਕੱਲੇ ਵੀਰ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਾਂਭੀਆਂ ਤਾਂ ਹੀ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਲਾਈਵ ਕੀਤਾ ਹੈ ਕਬੱਡੀ 365 ਦੇ ਰਾਹੀਂ ਇਹ ਚੁਗਾਮੇ ਦਾ ਵੱਡਾ ਮਹਾਕੁੰਭ ਹੈਲੋ ਬੇਨਤੀ ਕਰਾਂ ਹੈਲੋ ਬਰੋ 75 ਕਿਲੋ ਹੋਇਆ ਫਾਈਨਲ ਦਾ ਦੋਨੇ ਟੀਮਾਂ ਗਰਾਊਂਡ 'ਚ ਪਹੁੰਚ ਜਾਓ 75 ਕਿਲੋ ਦੋ ਮੈਚ ਕਾਲੇ ਬਾਈ ਕਰਾਵਾਂਗੇ ਇਸ ਤੋਂ ਬਾਅਦ ਜਿਹੜਾ ਫਾਈਨਲ ਕਰਾਉਣਾ ਆਪਾਂ 75 ਦਾ ਤੇ ਨਾਲ ਇਸ ਤੋਂ ਬਾਅਦ ਦੂਸਰਾ ਫਾਈਨਲ ਹੋ ਜਾਣਾ ਇਸ ਲਈ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਇੰਨਾ ਹੁਣ ਸਮਾਂ ਨਾਲ ਲੈ ਵੀ ਬਗੀਚਿਆ ਕਿੰਨਾ ਪਿਆਰ ਕਰਦਾ ਇਹ ਇਲਾਕਾ ਤੈਨੂੰ ਸੋ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਪੁੱਜ ਜਾਵੇ ਇੰਦਗੜਾ ਵਰਸੇ ਮੀਨੀਆਂ ਪਹਿਲਾ ਸੈਮੀ ਫਾਈਨਲ ਮੈਚ ਖੇਡਣ ਦੇ ਲਈ 41,000 ਰੁਪਏ ਪਲੱਸ 31,000 ਰੁਪਏ ਨਾਲ ਕੱਪਾਂ ਦਾ ਮਾਨ ਸਨਮਾਨ ਦਿੱਤਾ ਜਾਣਾ ਹੈ ਸੋ ਜਲਦੀ ਤੋਂ ਜਲਦੀ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਬਿਨਾਂ ਕਿਸੇ ਦੇਰੀ ਤੋਂ ਇੰਦਗੜ ਦੀ ਟੀਮ ਕਿੱਥੇ ਹੱਥਗੜਾ ਕਰੇ ਕਿਹੜੇ ਪਾਸੇ ਇੰਦਗੜ ਇੰਦਗੜ ਵਰਸੇ ਬੀਨੀਆਂ ਪਹਿਲਾ ਸੈਮੀ ਫਾਈਨਲ ਮੈਚ ਖੇਡਣ ਦੇ ਲਈ ਜਲਦੀ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਪੁੱਜਣ ਦੂਸਰੇ ਪਾਸੇ ਜਸ ਬਾਈ ਜੀ ਘੱਲ ਕਲਾਂ ਵਾਲੇ
ਬਲਾਕ ਸੰਧੀ ਦੇ ਮੈਂਬਰ ਸਾਹਿਬ ਨੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਆਪਣੇ ਮਿੱਤਰਾਂ ਦੇ ਨਾਲ ਆਪਾਂ ਧੰਨਵਾਦ ਕਰਾਂਗੇ ਸੁਖਾਲੀ ਜੀ ਆਜ਼ਾਦ ਕਲੱਬ ਐਡਮਿੰਟਨ ਵਾਲੇ ਅੱਜ ਵਿਸ਼ੇਸ਼ ਤੌਰ ਤੇ ਪੁੱਜੇ ਆਪਾਂ ਧੰਨਵਾਦ ਕਰਾਂਗੇ ਇਹਨਾਂ ਸਾਰੇ ਮਿੱਤਰਾਂ ਦਾ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਵੀਰ ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਜੀ ਸਾਡੇ ਸਿਕੰਦਰ ਸਿੰਘ ਜੀ ਭਾਈ ਰਾਜੇਉੜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਇਸ ਕਬੱਡੀ ਦਾ ਨਜ਼ਾਰਾ ਤੱਕ ਰਹੇ ਨੇ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਆਪਾਂ ਜਿਹੜੇ ਇਸ ਕਬੱਡੀ ਨੂੰ ਲਾਈਵ ਤੱਕ ਰਹੇ ਨੇ ਸੋ ਮੈਂ ਬੇਨਤੀ ਕਰਾਂ ਜਲਦੀ ਤੋਂ ਜਲਦੀ ਦੋਨਾਂ ਟੀਮਾਂ ਨੂੰ ਆਉਣ ਦੇ ਲਈ ਸੱਦਾ ਦੇਵਾਂ ਖੇਡ ਦੇ ਮੈਦਾਨ ਦੇ ਵਿੱਚ ਆਓ ਜੀ ਦੋਨੋਂ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਕਿੱਥੇ ਨੇ ਯਾਰ ਕੁਝ ਨਾ ਕੁਝ ਸਮਝਿਆ ਕਰੋ ਯਾਰ ਜ਼ਿੰਮੇਵਾਰੀਆਂ ਸਾਂਭ ਲਿਆ ਕਰੋ ਮੇਰੇ ਵੀਰ ਆਹ ਦੇਖੋ ਦਰਸ਼ਕਾਂ ਦਾ ਕੀ ਕਸੂਰ ਆ ਜਿਹੜੇ ਭੁੱਖੇ ਤੇ ਆਏ ਬੈਠੇ ਆ ਸਵੇਰ ਦੇ ਅਸੀਂ ਦੋਨੋਂ ਟੀਮਾਂ ਕੱਟਣ ਜਾ ਰਹੇ ਹਾਂ ਤੇ ਫਾਈਨਲ ਮੈਚ ਅਗਲੀਆਂ ਦੋਹਾਂ ਟੀਮਾਂ ਦਾ ਕਰਾ ਦੇਣਾ ਮੈਂ ਨੀ ਕਹਿੰਦਾ ਕਮੇਟੀ ਵਾਲੇ ਕਹਿੰਦੇ ਆ ਇਸ ਲਈ ਬਗੀਚਿਆਂ ਬਾਈ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਕਿਉਂਕਿ ਤੁਹਾਡਾ ਆਪਣਾ ਇਲਾਕਾ ਇਹ ਆਪਣਾ ਏਰੀਆ ਹੈ ਇਸ ਏਰੀਏ ਤੋਂ ਵੱਡਾ ਮਾਨ ਸਨਮਾਨ ਹਾਸਲ ਹੁੰਦਾ ਤੁਹਾਨੂੰ ਇੰਦਗੜ੍ਹ ਦੀ ਟੀਮ ਦੂਸਰੇ ਪਾਸੇ ਮੀਨੀਆਂ ਇਹ ਵੀ ਤਕੜਾ ਮੈਚ ਖੇਡਿਆ ਜਾਣਾ ਭੁੱਲਾ ਜੰਡੀ ਦਾ ਇੱਥੋਂ ਦੇ ਕਾਲੇ ਉਹਨਾਂ ਨੇ ਇੱਥੋਂ ਦੇ ਗਿਆਨੀ ਉਹਨਾਂ ਨੇ ਤਕੜੀ ਕਬੱਡੀ ਖੇਡੀ ਹੈ ਇੱਥੋਂ ਦੇ ਫੁੱਲੂਣਾ ਦੀ ਕਬੱਡੀ ਦੇ ਵਿੱਚ ਚਰਚਾ ਹੋਈ ਹੈ ਇੰਦਗੜ੍ਹ ਦੀ ਟੀਮ ਜਲਦੀ ਖੇਡ ਦੇ ਮੈਦਾਨ ਦੇ ਵੱਲ ਨੂੰ ਪੁੱਜ ਰਹੀ ਹੈ ਆਪਾਂ ਮੈਚ ਸ਼ੁਰੂ ਕਰਾਂਗੇ ਖੇਡ ਦੇ ਮੈਦਾਨ ਦੇ ਵਿੱਚ ਕੀ ਭਰੇ ਜੁੱਸੇ ਨੌਜਵਾਨ ਸੋਹਣੇ ਹੀਕਾ ਚੌੜੀਆਂ ਪਿੰਡ ਵਿੱਚ ਆਣ ਵੜ ਗਏ ਰੇਡ ਵਾਂਗ ਹਨੇਰੀ ਦੇ ਸ਼ੁਰੂ ਹੋ ਜਾਓ ਤੇ ਜਾਫੀ ਤੂਤ ਦੇ ਮੋਛੇ ਦੇ ਵਾਂਗ ਅੜ ਗਏ ਬਾਕੀ ਤੂਤ ਦੇ ਮੋਛੇ ਵਰਗੇ ਜਾਫੀ ਆ ਗਏ ਨੇ ਖੇਡ ਦੇ ਮੈਦਾਨ ਦੇ ਵਿੱਚ ਤਕੜਾ ਮੈਚ ਸ਼ੁਰੂ ਹੋਣ ਜਾ ਰਿਹਾ ਨਾਲ ਹੀ ਅਗਲੇ ਮੈਚ ਦੀਆਂ ਟੀਮਾਂ ਨੂੰ ਸੱਦਾ ਦੇਈਏ ਦੂਸਰਾ ਸੈਮੀਫਾਈਨਲ ਮੈਚ ਜਿਹੜਾ ਡਾਲਾ ਵਰਸੇ ਯੋਧਾ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਡਾਲਾ ਵਰਸੇ ਯੋਧਾ ਦੇ ਖਿਡਾਰੀਆਂ ਨੂੰ ਬੇਨਤੀ ਕਰਾਂ ਵੀ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਪੁੱਜਣ ਬਿੱਲੇ ਮਾਰੀਏ ਵਿਸਲ ਤੇ ਪਈਏ ਨਾ ਢਿੱਲੇ ਆ ਮੇਰਾ ਵੀਰ ਮੈਚ ਸ਼ੁਰੂ ਕਰੀਏ ਆਪਾਂ ਖੇਡ ਦੇ ਮੈਦਾਨ ਦੇ ਵਿੱਚ ਨਾਲ ਹੀ ਸੱਤ ਵਜੇ ਅਮਨਦੀਪ ਜੀ ਆਪਣੀ ਕਾਰਵਾਈ ਨਾਲ ਦੀ ਨਾਲ ਤੁਸੀਂ ਕਰ ਲਓ ਜਿਹੜੀ ਵੀ ਕਰਨੀ ਹੈ ਫੱਕਰਾਂ ਦੀ ਫੋਟੋ ਖੇਡ ਦੇ ਮੈਦਾਨ ਦੇ ਵਿੱਚ ਪੁੱਜ ਚੁੱਕੀ ਹੈ ਬਾਬੇ ਦੀ ਫੁੱਲ ਕਿਰਪਾ ਇਹ ਜਿੰਨੇ ਮੈਚ ਆਪਾਂ ਦੇਖਿਆ ਵੀ ਚਾਹੇ ਕਬੱਡੀ 75 ਕਿਲੋ ਦੇ ਹੋਏ ਨੇ ਚਾਹੇ ਮੈਚ ਕਬੱਡੀ ਓਪਨ ਦੇ ਹੋਏ ਨੇ ਅੱਜ ਇੱਕ ਵੱਖਰੀ ਇਹਨਾਂ ਨੇ ਦਿੱਖ ਦੇ ਨਾਲ ਮੈਚ ਕਰਾਏ ਨੇ ਸਾਰੀਆਂ ਟੀਮਾਂ ਨੂੰ ਸੌ ਖਵਾ ਕੇ ਰਣਜੀਤ ਸਿੰਘ ਮੈਚ ਖੇਡੇ ਗਏ ਨੇ ਖੇਡ ਦੇ ਮੈਦਾਨ ਦੇ ਵਿੱਚ ਸਭ ਟੀਮਾਂ ਫੀਰਾਂ ਫਕੀਰਾਂ ਨੂੰ ਮੰਨਣ ਵਾਲੇ ਪੰਜਾਬ ਦੇ ਲੋਕ ਨੇ ਖਿਡਾਰੀ ਨੇ ਸੋ ਆਪਾਂ ਦੇਖੀਏ ਵੀ ਖੇਡ ਦੇ ਮੈਦਾਨ ਦੇ ਵਿੱਚ ਆ ਵੀ ਮੈਚ ਪਹਿਲਾ ਸੈਮੀਫਾਈਨਲ ਸ਼ੁਰੂ ਹੋਣ ਜਾ ਰਿਹਾ ਇੰਦਗੜ੍ਹ ਦੇ ਬਗੀਚੇ ਨੇ ਆਪਣਾ ਸਪਸ਼ਟੀਕਰਨ ਪੇਸ਼ ਕਰ ਦਿੱਤਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਔਰ ਦੂਸਰੀ ਟੀਮ ਨੂੰ ਮੈਂ ਬੇਨਤੀ ਕਰਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਰਹਿੰਦੇ ਖਿਡਾਰੀਆਂ ਨੂੰ ਲੈ ਕੇ ਪੁੱਜੇ ਤੇ ਮੈਚ ਸ਼ੁਰੂ ਕਰੀਏ ਲੱਖਾ ਕਿੱਥੇ ਹੈ ਲੱਖਾ ਇੱਧਰ ਲੱਗ ਗਿਆ ਵੀ ਨੌਜਵਾਨਾਂ ਸਪਸ਼ਟੀਕਰਨ ਆਪਣਾ ਤੂੰ ਵੀ ਛੱਡ ਦੇ ਸਾਢੇ ਦਸ ਜਾਂ ਫਿਰ 11 ਤੇ ਦਰਸ਼ਕ ਵੀਰੋ ਇਸ ਮੈਚ ਦਾ ਫੈਸਲਾ ਹੋਣ ਜਾ ਰਿਹਾ ਸਾਢੇ ਦਸ ਜਾਂ 11 ਤੇ ਜਿੱਤ ਹਾਰ ਦੇ ਫੈਸਲੇ ਹੋਣੇ ਹੈ ਕਿ ਸੂਰਮਾ ਕਦੇ ਵੀ ਸਹਿ ਸਕਦਾ ਦਰਤੋਂ ਮਿਲੀਆਂ ਹਾਰਾਂ ਨੂੰ ਜਿਵੇਂ ਜੌਹਰੀ ਪਰਖਦਾ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ ਅੱਜ ਦੇਖਾਂਗੇ ਵੀ ਸਮੇਂ ਨੇ ਪਰਖ ਕਰਨੀ ਹੈ ਖੇਡ ਦੇ ਮੈਦਾਨ ਦੇ ਵਿੱਚ ਮਰੀਕ ਖੋਸਾ ਜੀ ਨਾਲ ਸਾਥ ਦੇ ਰਹੇ ਨੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਪੰਜਾਬ ਦੇ ਪ੍ਰਸਿੱਧ ਬੁਲਾਰੇ ਪੁੱਜੇ ਹੈ ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਹਰਦੀਪ ਕੋਕਰੀ ਜੀ ਇਸ ਇਲਾਕੇ ਦੀ ਬਹੁਤ ਵਧੀਆ ਆਵਾਜ਼ ਹੈ ਲਓ ਮੈਚ ਸ਼ੁਰੂ ਹੋਣ ਜਾ ਰਿਹਾ ਅਮਨਦੀਪ ਸਿੰਘ ਜੀ
ਕੌਮੀ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਦੇ ਲਓ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖੀਏ ਵੀ ਇੰਦਗੜ ਦੀ ਟੀਮ ਲਹਿੰਦੇ ਵਾਲੇ ਪਾਸੇ ਹੈ ਹਰ ਚੜ੍ਹਦੇ ਵਾਲੇ ਪਾਸੇ ਟੀਮ ਹੈ ਮੀਨੀਆਂ ਦੀ 500 ਰੁਪਇਆ ਸਰ ਭਜਨ ਸਿੰਘ ਜੀ ਯੂਕੇ ਵਾਲੇ ਸਿਕੰਦਰ ਸਿੰਘ ਜੀ ਹਾਲਣ ਵਾਲੇ ਤੇ ਨਾਲ ਸਾਡੇ ਬਾਈ ਸਤਪਾਲ ਸੱਤੀ ਜੀ ਪ੍ਰਧਾਨ ਕਹਿੰਦੇ ਹੈ ਵੀ ਦੋਹੀ ਪਾਸੇ ਜਿੰਨੇ ਜੱਫੇ ਲੱਗਦੇ ਹੈ 500 ਰੁਪਇਆ ਦਿੱਤਾ ਜਾਣਾ ਹੈ ਔਰ ਜੇਕਰ ਕਹਿੰਦੇ ਵੀ ਘੱਲ ਕਲਾਂ ਦਾ ਅੰਬੂ ਮੂਹਰੇ ਅੜ ਕੇ ਹੌਸਲਾ ਕਰਕੇ ਪੁੱਤਰੇ ਸਾਨੂੰ ਸਿੰਘਾਂ ਤੋਂ ਫੜ ਕੇ ਜੱਫਾ ਲਾਵੇਗਾ ਤਾਂ 1000 ਰੁਪਇਆ ਦਿੱਤਾ ਜਾਵੇਗਾ ਸਤਪਾਲ ਸੱਤੀ ਜੀ ਕਹਿੰਦੇ ਆ ਇੰਗਲੈਂਡ ਵਾਲੇ ਰਾਜਾਵਾਲ ਦੀ ਧਰਤੀ ਦਾ ਸੁਖਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਦੂਸਰੇ ਪਾਸੇ ਲਓ ਸਾਹਮਣੇ ਦੇਖਾਂਗੇ ਜੀਤਾ ਜੰਡੀ ਦਾ ਲਓ ਸਾਹਮਣੇ ਪੱਲੇ ਪੱਲੇ ਕਰਵਾਉਂਦਾ ਹੋਇਆ ਕਿ ਲੱਗ ਗਿਆ ਜੱਫਾ ਤੇ ਧਾਵੀ ਗਿਆ ਡੱਕਿਆ ਚੜ੍ਹ ਗਿਆ ਨਸ਼ਾ ਖੋਸਿਆ ਵਾਲਿਆ ਜਿਨ੍ਹਾਂ ਨੇ ਸਾਰਾ ਕੁਝ ਤੱਕਿਆ ਚੜ੍ਹ ਗਿਆ ਨਸ਼ਾ ਜਿਨ੍ਹਾਂ ਸਾਰਾ ਕੁਝ ਤੱਕਿਆ ਆਪੇ ਬਾਈ ਦੇ ਗਿਆ 500 ਰੁਪਇਆ ਸੱਤੀ ਗੱਲ ਕਰਨਗੇ ਖੋਸਾ ਸਾਹਿਬ ਸਿਰਾਜਵਾਨ ਦੀ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਉਧਰ ਵੀ ਦੇਖੋ ਭਰਾ ਪ੍ਰਦੀਪ ਭਾਜੀ ਪਾਈ ਜਾ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਸਾਹਮਣੇ ਦੇਖਾਂਗੇ ਇਕਬਾਲ ਸਿੰਘ ਗਿੱਲ ਆਪਣੀ ਟੀਮ ਦੇ ਲਈ ਜੱਗੂ ਦੌਦਰ ਨੂੰ ਜੱਫਾ ਲਾ ਕੇ 500 ਰੁਪਏ ਦੇ ਮਾਨ ਸਨਮਾਨ ਹਾਸਲ ਕਰਦਾ ਹੋਇਆ ਸੈਮੀ ਫਾਈਨਲ ਮੈਚ ਖੇਡੇ ਜਾ ਰਹੇ ਨੇ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਦੇਖਾਂਗੇ ਕਿ ਵਿੱਚ ਗਹਿਰੇ ਝੱਲਾਂ ਦੇ ਕਹਿੰਦੇ ਛੇ ਨਹੀਂ ਰਹਿੰਦੇ ਗੁੱਜੇ ਕੌਣ ਥੱਲੇ 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 ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁਝ ਸੱਤਿਆ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁਝ ਭੋਲਾ ਚੰਡੀ ਦੀ ਧਰਤੀ ਦਾ ਪਿਆਰ ਦੇ ਨਾਲ ਲੋਕ ਬੰਦੇ ਮਾਰ ਵੀ ਕਹਿ ਦਿੰਦੇ ਇਸ ਰਾਜਵਾਨ ਨੂੰ ਆਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਜੇ ਘੱਲਾਂ ਦਾ ਅੰਬੂ ਸਰਦਾਰ ਕਰਮ ਸਿੰਘ ਦਾ ਪੁੱਤਰ ਸੁਖ ਘਾਲੀ ਦਾ ਕਹਿੰਦੇ ਵੀ ਸ਼ਿੰਗਾਰਿਆ ਹੋਇਆ ਪੱਠਾ ਜਸ ਬਾਈ ਬੈਠਾ ਟੋਨੇ ਵਾਲੀਆ ਪਾਰਾ ਕਹਿੰਦੇ ਵੀ ਮਾਨ ਕਰਦਾ ਆਪਾਂ ਇਸ ਨੌਜਵਾਨ ਦੀ ਦੇਖੀਏ ਵੀ ਖੇਡ ਦੇ ਮੈਦਾਨ ਦੇ ਵਿੱਚ ਤੱਕੜੀ ਦਿਖ ਹੈ ਇਸ ਨੌਜਵਾਨ ਦੇ ਬਹੁਤ ਸੋਹਣਾ ਮੈਚ ਹੈ ਲਓ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਹੈ ਇੱਥੇ ਰੁਕ ਜਾਓ ਪਲੀਜ਼ ਅਰਸ਼ ਪੁੱਤਾਂ ਇੱਥੇ ਰੁਕ ਜਾਓ ਯਾਰ ਰੁਕ ਜਾਓ ਕਿਉਂਕਿ ਮੈਚ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਦੋਨਾਂ ਹੀ ਟੀਮਾਂ ਦੇ ਦਰਮਿਆਨ ਕਿ ਚੜ੍ਹਦੀ ਜਵਾਨੀ ਮੁੱਛ ਫੁੱਟ ਗੱਭਰੂ ਲਾ ਲਾ ਕੇ ਜੱਫੇ ਜਸ ਲੈਂਦਾ ਮੇਲਾ ਲੁੱਟ ਗੱਭਰੂ ਕਿ ਚੜ੍ਹਦੀ ਜਵਾਨੀ ਮੁੱਛ ਫੁੱਟ ਗੱਭਰੂ ਇੱਕ ਪਾਸੇ ਰਣਜੀਤ ਸਿੰਘ ਅਕਾਲ ਗੜੀਆ ਨੌਜਵਾਨ ਇਸ ਗੱਭਰੂ ਦੇ ਉੱਤੇ ਟਰਾਈ ਕਰਦਾ ਹੋਇਆ ਪਰ ਸਾਹਮਣੇ ਨੰਬਰ ਸੁੱਖੇ ਨੇ ਆਪਣੀ ਟੀਮ ਦੇ ਹਿੱਸੇ ਇੰਦਗੜ ਦੇ ਹਿੱਸੇ ਜੋੜ ਦਿੱਤਾ ਆ ਚੱਲਿਆ ਸਾਹਮਣੇ ਲੱਖਾਂ ਮਹੀਨਿਆਂ ਦਾ ਅਗਲੀ ਕਬੱਡੀ ਪਾਉਣ ਦੇ ਲਈ ਜਿਹੜੇ ਪਾਸੇ ਵੀ ਜੱਫਾ ਲੱਗਦਾ 500 ਰੁਪਇਆ ਸਰਦਾਰ ਭਜਨ ਸਿੰਘ ਜੀ ਯੂਕੇ ਵਾਲੇ ਸਿਕੰਦਰ ਸਿੰਘ ਜੀ ਹਾਲਣ ਵਾਲੇ ਸਤਪਾਲ ਸਿੰਘ ਜੀ ਸੱਤੀ ਕਹਿੰਦੇ ਆ ਹਰ ਜੱਫੇ ਤੇ ਪਰ ਤੇਰੇ ਜੱਫੇ ਤੇ 1000 ਆ ਕਰਮ ਸਿੰਘ ਦੇ ਪੁੱਤਰ ਨੂੰ ਕਹੀਏ ਲਓ ਸਾਹਮਣੇ ਦੇਖੋ ਕਿ ਚੱਕੀ ਦੇ ਪਰਵਰਗੀ ਸ਼ਾਂਤੀ ਜਿਗਰੇ ਗਾਡਰ ਨੇ ਜੂਝ ਜੂਝ ਕੇ ਹੰਦਿਆਂ ਨੂੰ ਟੱਚ ਕਰਦੇ ਬਾਰਡਰ ਨੇ ਨੰਬਰ ਧਾਵੀ ਦਾ ਬੈਲੇ ਦੀ ਟੀਮ ਖੇਡ ਦੇ ਮੈਦਾਨ ਦੇ ਵਿੱਚ ਪੁੱਜੀ ਹੋਈ ਹੈ ਯੋਧਾ ਵਾਲੇ ਮਾਨਕ ਨੂੰ ਕਹਾਂਗਾ ਯੋਧਾ ਦੇ ਮੰਦਰ ਨੂੰ ਕਹਾਂਗਾ ਸੋਨੀ ਨੂੰ ਕਹਾਂਗਾ ਵੀ ਜਲਦੀ ਤੋਂ ਜਲਦੀ ਆਪਣੀ ਟੀਮ ਨੂੰ ਲੈ ਕੇ ਖੇਡ ਦੇ ਮੈਦਾਨ ਦੇ ਪੁੱਜਣ ਔਰ ਦੂਸਰੇ ਪਾਸੇ ਚੰਡੀ ਵਾਲਾ ਕਹਿਰਵਾਨ ਕਹਿੰਦਾ ਅੱਜ LED ਮੈਂ ਲੈ ਕੇ ਜਾਣੀ ਹੈ ਤੇ ਇੱਧਰ ਧਰਮ ਕੋਟੀਆ ਕਹਿੰਦਾ ਵੀ ਮੈਂ ਜਿਹੜਾ ਅੱਜ ਜਿੱਤੇ ਝੰਡੇ ਗੜ ਜਾਵਾਂਗਾ ਇਹ ਗੱਲ ਸਮੇਂ ਦੀ ਹੋਣੀ ਹੈ ਦਿਆਲਪੁਰੇ ਵਾਲਿਆ ਜੋੜੀ ਜਿੱਦਾਂ ਤੇਰੀ ਮਸ਼ਹੂਰ ਹੈ ਉਹਦਾ ਕਹਿੰਦੇ ਵੀ ਖੇਡ ਦੇ ਮੈਦਾਨਾਂ ਦੇ ਵਿੱਚ ਮੰਗਲ ਔਰ ਦੂਸਰੇ ਪਾਸੇ ਕਹਿੰਦੇ ਵੀ ਇਸ ਨੌਜਵਾਨ ਅੰਬੂ ਦੀ ਜੋੜੀ ਮਸ਼ਹੂਰ ਹੋਈ ਹੈ ਇੰਦਗੜ ਦੀ ਧਰਤੀ ਦਾ ਬਗੀਚਾ ਇਸ ਨੌਜਵਾਨ ਦੇ ਉੱਤੇ ਟਰਾਈ ਕਰਦਾ ਹੋਇਆ ਪਰ ਨੰਬਰ ਭੋਲੇ ਨੇ ਮੀਨੀਆਂ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਮਾਨਕ ਵੀ ਆ ਗਿਆ ਤੇ ਰਹਿੰਦੇ ਖਿਡਾਰੀ ਵੀ ਆ ਰਹੇ ਨੇ ਆਪਾਂ ਗੱਲ ਸਮੇਂ ਦੀ ਕਰਾਂਗੇ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਕਿ ਬੱਟਾ ਉੱਤੇ ਹੁੰਦੇ ਸੀ ਜੋ ਘਾਹ ਖੋਦੇ ਬੈਠੇ ਨੇ ਕੈਨੇਡਾ ਵਿੱਚ ਗੱਲਾਂ ਹੋਰ ਨੇ ਆਓ ਸਾਹਮਣੇ ਦੇਖੀਏ ਖੇਡ ਦੇ ਮੈਦਾਨ ਦੇ ਵਿੱਚ ਕੋਈ ਕੈਨੇਡਾ ਦੇ ਵਿੱਚ ਬਲੈਤੀਆ ਬਣਿਆ ਬੈਠਾ ਕੋਈ ਕਿਤੇ ਜਾ ਕੇ ਕਹਿੰਦੇ ਮਾਨ ਸਨਮਾਨ ਹਾਸਲ ਕਰੀ ਜਾਂਦਾ ਸਾਹਮਣੇ ਇੱਕ ਪਾਸੇ ਚੰਡੀ ਵਾਲਾ ਤੇ ਦੂਸਰੇ ਪਾਸੇ ਸੁੱਖਾ
खेड दे मैदान दे विच नंबर लै वापस मुड़दा होया 500 रुपया अमनदीप सिंह जी कौमी मीत प्रधान ने कहते 1000 रुपया लवेंगे इस नौजवान की कबड्डी के उत्ते जेकर कल कलां दा अंबो इस भोले नूं जफा लाउंदा है 1000 रुपया अमनदीप सिंह जी 1000 रुपया भजन सिंह जी यूके वाले कहते हैं असी देवांगे लो सामने इंदगढ़ की धरती का बगीचा 2000 के नोट नूं कहंदे वी हथ पाउण नूं फिरदा है पर भोला अपनी टीम दे लई नंबर लैके वापस मुड़दा होया चल भी पुत्रा पा कबड्डी खरे खरे जाफिया तो आउंदा नहीं ओ लोड ना पिंड है धर्मकोट देखिए इस राजवान का लखा नाम है ते एक पासे रणजीत सिंह राजवान है कहंदे भी कबड्डी दे विच बखरा नाम बनाई फिरदा राजवान है लो सामने राजवान की पाई हुई कबड्डी है खेड दे मैदान दे विच की बोरियां निचोड़ियां ते रस बड़ा चढ़िया करनी चो दुध पीता मलाई सरे कड़िया दुखां नूं सह सह के आउंदी है सुख दी वारी डलरां ते पौंडां विच खेड दे यारा कौडी दे खिडारी डलरां ते पौंडां विच खेड दे यारा कौडी दे खिडारी सतपाल जी नाल दी नाल हैंड बाय हैंड पाया दे रहे ने मुंडिया नूं आपां धन्नवाद करांगे भाई अमनदीप सिंह जी अमृतपाल जी सारी इस संस्था दे जिन्ने नौजवान वीर है मैं देख रहा भी बड़ी आपो अपनी जिम्मेवारी सांभी बैठे है लो सबने देखो खेड़ दे मैदान विच कि बट्टे बट आउंदी दे ओ जट जट्टी दे सबबी हो गए वेले ओ जट्टा ने करीर परते इत्थो पाल दी सोहणीए डेले अमृतपाल सिया एक पासे चंडी वाला दूसरे पासे राजा बाल दा कहंदे भी गड्डियां चलदियां इस भी नौजवान दियां गरीबी भी रज के खड़ाई है खुशी दे दिल भी खोसिया वाला कहंदा है सांभ के रखी बैठा नौजवान कबड्डी भोले दी है 2000 रुपया दिता जाना जे इस गबरू दे मूहरे अड़के कोई जफा लाउंदा तां 2000 रुपया दिता जाना एक सरदार अमनदीप सिंह जी खालसा कहंदे है 1000 रुपया साडा होवेगा ते दूसरे भाई पासे भाई सतपाल कहंदा वी 1000 रुपया जूके वाले ते नाल हाल लैण वाले मान सम्मान करनगे लो अगली कबड्डी खेड दे मैदान दे विच देखी आपां इस नौजवान दी गली वाले हुण साइड ते आ भाई तेरा बहुत वड्डा धन्नवाद है इस वीर ने दो दिन तो लेके कली दी जिम्मेवारी सांभी है कि शरीर उत्ते मान होवे सान जिन्नी जान होवे चुंडी जावे ना शरीर उत्ते बड्डी मित्रो फिर खेडी जांदी है मैदान च कबड्डी मित्रो फिर खेडी जांदी है मैदान च कबड्डी मित्रो दौदर दी धरती दा गुरप्रीत सिंह गग्गू अगली कबड्डी दे नाल खेड दे मैदान दे विच वधिया होया और एक पासे सरदार सोण सिंह दा पुत्र कहंदे भी इस नौजवान दौदर वाले दे उत्ते ट्राई करदा होया पर दौदर वाले दी उंगल खड़ी है कहंदा नंबर मेरे हिस्से दे विच गालिया लिख दे लो सामने देखो खेड दे मैदान दे विच हर जफे ते दो ही पासे भाई सतपाल सत्ती प्रेजिडेंट इस संस्था दे नाल साडे सर भजन सिंह जी यूके वाले नाल साडे शिकंदर सिंह जी हॉलैंड वाले कहंदे हर जफे ते 1000 रुपया दिता जाना रणजीत सिंह एक बारी मुंडे दे नेड़े होके देख पर इस नौजवान नु डकना ते दरियावां नु बन्न मरन दे बरोबर है लो सबड़े अपनी टीम दे हिस्से नंबर जोड़दा होया आ गया नौजवान भोला कि पट्टा दे नाल पट्टने खेंदे ओए डौलिया नु हुण हथ नहीं पैंदे मुंडे विच साण जिन्नी है जिंदियान लोकी उंगला कर कर पुछदे ने एक कित्थों दा पहलवान 2000 रुपया दिता जाना ओए सोर सिंह दे पुत्तर नूं जे कर जफा ला दे बे 2000 रुपया डोडा वाला भी पुज गया खेड़ दे मैदान दे विच इक साइड ते हो जाओ मेरे वीर रौला नहीं रप्पा नहीं गल्ला नहीं शिकवा नहीं शिकायतां नहीं आप भी नौजवान आपां अगली कबड्डी खेड़ दे मैदान दे विच ला भी राजवाना हथा नु कली ते फिर करे मौला पले लो सबने कबड्डी खेड़ दे मैदान दे विच लखे दी है कि टुट पैणे दा 15वां गेड़ा ओ पूणियां मैं चार कत्तियां टुट पैणे दा 15वां गेड़ा ओ पूणियां मैं चार कत्तियां इस नंबर ते जित हार दे फैसले होए है दसवीं बाई केड़ी टीम फाइनल च पुज गई है
ਹੁਣੇ ਹੁਣੇ ਮੈਚ ਹੋਇਆ ਮੀਨੀਆਂ ਦੇ ਨੰਬਰ ਨੇ 9.5 ਇੰਦਗੜ ਦੀ ਟੀਮ ਪੂਰੇ 11 ਨੰਬਰ ਲੈ ਕੇ ਫਾਈਨਲ ਚ ਪੁੱਜੀ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਦੋਹਾਂ ਟੀਮਾਂ ਦੇ ਲਈ 1000 ਰੁਪਇਆ ਭੋਲੇ ਦੇ ਲਈ ਹੈ ਜੰਡੀ ਵਾਲੇ ਦੇ ਲਈ ਬਾਈ ਸਤਪਾਲ ਜੀ ਸੱਤੇ ਪ੍ਰਧਾਨ ਨਰਭਜਨ ਸਿੰਘ ਜੀ ਯੂਕੇ ਸ਼ਿਕੰਦਰ ਸਿੰਘ ਜੀ ਹਾਲੈਂਡ ਵਾਲੇ ਇਸ ਨੌਜਵਾਨ ਦੀ ਕਬੱਡੀ ਤੋਂ ਖੁਸ਼ ਹੋ ਕੇ ਦਿੰਦੇ ਹੈ ਧੰਨਵਾਦ ਕਰਾਂਗੇ ਇੰਦਗੜ ਦਾ ਬਗੀਚਾ ਮੇਰੇ ਕੋਲੇ ਆ ਜਾਵੇ ਬਾਈ ਖੜਾ ਕਹਿੰਦਾ 500 ਦਾ ਨੋਟ ਮੈਂ ਵੀ ਦੇਣਾ ਇੰਦਗੜ ਦਾ ਬਗੀਚਾ ਮੈਥੋਂ 500 ਰੁਪਇਆ ਲੈ ਜਾਵੇ ਇੱਕ ਜੱਸਾ ਦਾ ਵੀਰ ਮੈਂਬਰ ਚੁਗਾਵਾਂ ਵਾਲਾ 100 ਰੁਪਇਆ ਲੱਖੇ ਦੇ ਲਈ ਮਾਨ ਸਨਮਾਨਾ ਹੈ ਧਰਮਕੋਟੀਆਂ ਮੈਥੋਂ ਮਾਇਆ ਲੈ ਲੈ ਵੀਰ 100 ਰੁਪਇਆ ਲੱਖੇ ਨੂੰ ਦੇ ਦੀ ਬਾਈ ਧਰਮਕੋਟ ਵਾਲੇ ਨੂੰ ਬਗੀਚਾ 500 ਦਾ ਨੋਟ ਆ ਬਾਈ ਖੜਾ ਤੇਰਾ ਦੀਵਾਨਾ ਕਬੱਡੀ ਦਾ ਲੈ ਲੈ ਮਾਨ ਸਨਮਾਨ ਦੇਖੋ ਕਬੱਡੀ ਦੇ ਇਹ ਆ ਸ਼ਦਾਈ ਨਾਲ ਹੀ ਕਬੱਡੀ 75 ਕਿਲੋ ਦੀਆਂ ਦੋਵੇਂ ਟੀਮਾਂ ਫਾਈਨਲ ਮੈਚ ਖੇਡਣ ਦੇ ਲਈ ਗਰਾਊਂਡ ਦੇ ਪੁੱਜਣ ਜਲਦੀ ਤੋਂ ਜਲਦੀ 75 ਕਿਲੋ ਫਾਈਨਲ ਮੈਚ ਬਦਰੇ ਵਾਲਿਆਂ ਨੂੰ ਕਹਾਂਗਾ ਮੇਜਰ ਜਲਦੀ ਤੋਂ ਜਲਦੀ ਪੁੱਤਰਾ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੋ ਲਓ ਡਾਲੇ ਦੀ ਟੀਮ ਜਿਹੜੀ ਲਹਿੰਦੇ ਵਾਲੇ ਪਾਸੇ ਹੈ ਹਰ ਚੜ੍ਹਦੇ ਵਾਲੇ ਪਾਸੇ ਜੋਧਾ ਦੀ ਟੀਮ ਹੈ ਪਹਿਲੀ ਕਬੱਡੀ ਸੋਨੂੰ ਨੌਜਵਾਨ ਪਾਉਣ ਦੇ ਲਈ ਅਰਦਾਸ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਵੀ ਅੱਗੇ 4 ਕਹਿੰਦੇ ਵੀ ਸਰਕਾਰੀ ਸਕੂਲ ਦੇ ਥੰਬਲਿਆਂ ਵਰਗੇ ਮੁੰਡੇ ਹੈ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਵੀ ਕੀ ਭਾ ਵਿਕਣੀ ਹੈ ਹੁਣ ਗੱਲ ਸਮੇਂ ਦੀ ਹੋਣੀ ਹੈ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਨੌਜਵਾਨ ਦੀ ਹੈ 4 ਜਾਫੀਆਂ ਦੇ ਵਿੱਚੋਂ ਇੱਕ ਪਾਸੇ ਡਾਲੇ ਵਾਲਾ ਦੂਸਰੇ ਪਾਸੇ ਬਾਂਦਰਾਂ ਵਾਲਾ ਲਓ ਸਾਹਮਣੇ ਗੁੱਟ ਫੜ ਕੇ ਜਦ ਕੈਂਚੀ ਜੜ ਹੋ ਜਾਵੇ ਬੈਠੇ ਦਰਸ਼ਕ ਕਹਿ ਦਿੰਦੇ ਹੈ ਹੁਣ ਤੇ ਸੋਨੀ ਫੜ ਹੋ ਜਾਵੇ ਲਿਆਕਤ ਅਲੀ ਬਿੱਲੇ ਨੇ ਫੈਸਲਾ ਕਰ ਦਿੱਤਾ ਕਿ ਨੰਬਰ ਜਾਫੀ ਦਾ ਹਰ ਜਫੇ ਦੇ ਉੱਤੇ 500 ਰੁਪਏ ਦੇ ਮਾਨ ਸਨਮਾਨ ਕੀਤੇ ਜਾ ਰਹੇ ਨੇ ਹਰ ਜਫੇ ਦੇ ਉੱਤੇ 500 ਰੁਪਏ ਦੇ ਮਾਨ ਸਨਮਾਨ ਅਮਨਦੀਪ ਸਿੰਘ ਜੀ ਸਾਡੇ ਕੌਮੀ ਮੀਤ ਪ੍ਰਧਾਨ ਨੇ ਇਸ ਸੰਸਥਾ ਅਰਨਾਲ ਬਾਈ ਸਤਪਾਲ ਸਿੰਘ ਜੀ ਸੱਤੇ ਸਾਰੇ ਪਲਾਰਿਆਂ ਦੇ ਲਈ 500 ਰੁਪਏ ਦੇ ਮਾਨ ਸਨਮਾਨ ਦਿੱਤੇ ਹੈ ਸੱਚੇ ਪਾਤਸ਼ਾਹ ਲੰਬੀਆਂ ਉਮਰਾਂ ਬਖਸ਼ੇ ਚੜ੍ਹਦੀ ਕਲਾ ਰੱਖੇ ਲਓ ਦੂਸਰੇ ਪਾਸੇ ਹੁਣ ਦੇਖਾਂਗੇ ਖੇਡ ਦੇ ਮੈਦਾਨ ਵਿੱਚ ਯੋਧਾਂ ਦਾ ਨੌਜਵਾਨ ਹਾਂ ਚਾਰੇ ਕਹਿੰਦਾ ਕਿ ਸਾਰੇ ਕਹਿੰਦਾ ਸਾਰੇ ਰੈਫਰੀਆਂ ਦੇ ਲਈ 500 ਰੁਪਇਆ ਕਹਿੰਦੇ ਸੱਤੀ ਪ੍ਰਧਾਨ ਜੀ ਦੇ ਰਹੇ ਹੈ ਸੱਚੇ ਪਾਤਸ਼ਾਹ ਮਿਹਰ ਕਰੇ ਆਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਨੌਜਵਾਨ ਦੀ ਕਬੱਡੀ ਹੈ 4 ਜਾਫੀ ਡਾਲੇ ਵਾਲਾ ਕਹਿੰਦਾ ਵੀ ਅੱਜ ਖੇਡ ਦੇ ਮੈਦਾਨ ਦੇ ਵਿੱਚ ਸੋਨਾ ਬਾਂਦਰ ਡੋਰ ਦੀ ਧਰਤੀ ਦਾ ਆਪਣੀ ਟੀਮ ਦੇ ਲਈ ਜੱਫਾ ਲਾਉਂਦਾ ਬਾਈ ਸਿੱਧੇ ਮਾਇਆ ਦੇ ਜੱਫੇ ਦੇ ਦੇ 500 ਰੁਪਇਆ ਹਰ ਜੱਫੇ ਦੇ ਉੱਤੇ ਮਾਨ ਸਨਮਾਨ ਹੈ ਇੱਕ ਪਾਸੇ ਪ੍ਰੀਤ ਡਿਜੀਟਲ ਸਟੂਡੀਓ ਵਾਲੇ ਸੁੱਖੇ ਬਾਈ ਹੋਣੀ ਕੱਲੀ ਕੱਲੀ ਕਬੱਡੀ ਜਿਹੜੀ ਹੈ ਕੈਮਰੇ ਦੀ ਅੱਖ ਦੇ ਵਿੱਚ ਬੰਦ ਕਰ ਰਹੇ ਹੈ ਲਓ ਸਾਹਮਣੇ ਦੇਖਾਂਗੇ ਇੱਕ ਪਾਸੇ ਜੋਧਾ ਵਾਲਾ ਤੇ ਦੂਸਰੇ ਪਾਸੇ ਅਲਕਲੇ ਪਿੰਡ ਦਾ ਦੌਲੀ ਕਬੱਡੀ ਦੇ ਵਿੱਚ ਵੱਖਰਾ ਜਿਹਾ ਨਾਮ ਨੌਜਵਾਨ ਨੇ ਕਮਾਇਆ ਲਓ ਸਾਹਮਣੇ ਦੇਖੋ ਅਗਲੀ ਪੈਂਦੀ ਹੋਈ ਕਬੱਡੀ ਇੱਕ ਪਾਸੇ ਆਤਮਾ ਤੇ ਦੂਸਰੇ ਪਾਸੇ ਸੋਨੀ ਨੌਜਵਾਨ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਬਾਕੀ ਅੱਜ ਤੇ ਬਾਰ ਬਾਰ ਮੁਬਾਰਕਬਾਦ ਦੇ ਰਹੇ ਹਾਂ ਇਸ ਚੁਗਾਵਾਂ ਪਿੰਡ ਨੂੰ ਇਸ ਸੰਸਥਾ ਨੂੰ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਨੌਜਵਾਨ ਆਪਣੀ ਟੀਮ ਦੇ ਲਈ ਵਧਿਆ ਹੋਇਆ ਆਪਾਂ ਸਾਹਮਣੇ ਦੇਖਾਂਗੇ 1000 ਰੁਪਇਆ ਆ ਸਾਹਮਣੇ ਜਿਹੜਾ ਰੇਡਰ ਅਰਸ਼ ਭਲੂਰ ਵਾਲਾ ਮੋਟਰਸਾਈਕਲਾਂ ਦਾ ਜੇਤੂ ਕਬੱਡੀ ਪਾ ਰਿਹਾ ਡੋਡਾ ਵਾਲਿਆ 1000 ਰੁਪਇਆ ਲੱਗਾ ਇਸ ਨੌਜਵਾਨ ਦੇ ਉੱਤੇ ਜੇ ਕੋਈ ਫੜੂਗਾ 1000 ਰੁਪਇਆ ਦਿੱਤਾ ਜਾਣਾ ਭਾਈ ਸਤਪਾਲ ਜੀ ਸੱਤੀ ਪ੍ਰਧਾਨ ਨਰਭਜਨ ਸਿੰਘ ਜੀ ਇੰਗਲੈਂਡ ਵਾਲੇ ਸ਼ਿਕੰਦਰ ਸਿੰਘ ਜੀ ਹਾਲੈਂਡ ਵਾਲੇ ਕਹਿੰਦੇ ਹੈ ਵੀ 1000 ਰੁਪਏ ਦਾ ਮਾਨ ਸਨਮਾਨ ਦਿੱਤਾ ਜਾਣਾ 75 ਕਿਲੋ ਵਜਨ ਦੀਆਂ ਦੋਹੇ ਟੀਮਾਂ ਕਿੱਥੇ ਨੇ ਜਲਦੀ ਰਿਪੋਰਟ ਕਰਨ ਗਰਾਊਂਡ ਦੇ ਵਿੱਚ ਕਬੱਡੀ 75 ਕਿਲੋ ਤੇ ਨਾਲ ਹੀ ਫਾਈਨਲ ਮੈਚ ਦੀਆਂ ਟੀਮਾਂ ਨੋਟ ਕਰ ਲੈਣ ਵੀ ਇੱਥੇ ਹੀ ਰੁਕ ਜਾਏ ਮੇਰੇ ਵੀਰ ਕੋਈ ਟੀਮ ਲੇਟ ਨਾ ਹੋਵੇ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ ਨਾ ਦੌਲਤ ਸਿੰਘ ਨੌਜਵਾਨ ਹੈ ਡੋਡਾ ਵਾਲਾ 1000 ਰੁਪਏ ਤੇ ਕਬਜ਼ਾ ਕਰਨ ਫਿਰਦਾ
पर हिम्मत दे नाल मेरे वीरो मान सम्मान मिलते हैं। लो सबने नौजवान की पाई हुई कबड्डी है, चार जाफिया दे विचों 500 रुपया हर जफे दे उत्ते दिता जा रहा। अपा सबने समय दा इंतजार करांगे, कुछ पल बी चुके ने, कुछ बाकी ने। एक पासे खेड़ दे मैदान विच डाले दा मनप्रीत सिंह है, और दूसरे पासे योद्धा वाला इथों दा मानक, इथों दा मंदर कहिंदे भी कबड्डी दे विच मशहूर ने। लो सबने खेड़ दे मैदान दे विच पाई हुई कबड्डी, दोनी पासे कहिंदे भी सुपरस्टार खिलाड़ी है। जिले बरनाले दे उधारे लाए हुए ने दोनों टीमों ने। एक पासे डोड पिंड वाला इस नौजवान नू फड़न दे लई लोचदा है, 1000 रुपया लैण नू फिरदा है, पर देखांगे सामने खेड़ दे मैदान दे विच कि चुक चंद्री करागी कारा, मित्रां च खड़क पई जरा सुन के जाई दलदारा। पर गल पिंड वाले ने फैसला कर दिता है कि रांझा रह गया बेचारा मझां चारदा, ते डोली कोई होर लै गया, रांझा रह गया बेचारा मझां चारदा। 1000 रुपया दौलत सिंह दौली दी कबड्डी दे उत्ते लगा होया, अलकड़े वाले गबरू दी कबड्डी ते है। दूसरे पासे देखो हुण नंबर दौलत सिंह दौली दा, नंबर खेड़ दे मैदान विच देखांगे। थोड़ा जिहा बहि जाओ भाई प्लीज, आ जिहड़े बैठ जाओ, जिहड़े वाधू आपां सारे बैठ जाइए। हर कबड्डी 75 किलो दीआं दोहे टीमां कित्थे ने यार, बार बार बुला रहे आपां कबड्डी 75 किलो दीआं दोहे टीमां जल्दी खेड़ दे मैदान विच पुज जाण, बिना किसी देरी तो दोनों टीमों नूं सद्दा देवांगे। आजो मेरे मित्रों मैदानी मित्रों, आओ खेड़ दे मैदान विच देखिए भी मैच सोहना खेडिया जा रहा है। चल भी पा नौजवान अगली कबड्डी खेड़ दे मैदान दे विच, चार जाफिया दे विचों वांदर डोड़ वाले ने अज ते कहिंदे तहलका मचा दिता खेड़ दे मैदान दे विच। आपां सामने देखांगे खेड़ दे मैदान दे विच नौजवान दी पाई हुई कबड्डी। दूसरे पासे देखो हुण डाले दा मनप्रीत सिंह नौजवान नहीं टक सकिया, नंबर 22 दा इधर चनीर वालिया परले पासे ते बह जा। 1000 रुपया इस नौजवान दे उत्ते लगा होया, जर भजन सिंह जी युवके वाले नाल भाई सतपल सत्ती जी प्रधान साहब शिकंदर सिंह जी हॉलैंड वाले कहंदे है 1000 रुपए दे मान सम्मान देवांगे जिहड़ा भी जाफी जफा लाउंदा। पर मैच समाप्त है, जोधा दे नंबर 6 डाले दी टीम 10.5 पॉइंट लेके फाइनल च पहुंच गई है। डाले वाले हथ बन के बेनती है 2-3 मिनट का समा सिर्फ तुहाडे लई। योद्धा दे दो खिलाड़ी जिहड़े सन्मानित किए जा रहे ने स्टेज के सामने चले जाण, एक ते जाफी ते एक रेडर है अलकड़िया वाला। इस वीर नूं बेनती है भी अपना मान सम्मान जांदे लैके जाण ग्राउंडों बाहर फिर जाण। योद्धा वाले सज्जणां नूं बेनती है क्योंकि हर टीम नूं इन्होंने मान सम्मान का मानका, तुसीं मान सम्मान लै जाओ स्टेज के सामने। भाई सतपल सत्ती इन्हां दी सारी टीम आप सब नूं मान सम्मान दे रही है। आओ जी फाइनल मैच कबड्डी 75 किलो का फाइनल मैच शुरू हो जा रहा, नाल ही अगला फाइनल जिहड़ा होना है वह भी दोहे टीमां जल्दी ग्राउंड दे विच आ जाण। बस चिपदे ही आ जाओ मेरे वीर नाल ही कम नबेड़। हेलो हेलो मारो जी विसल दे मैच शुरू करिए। कोई इंदगढ़ दी टीम नूं की गल है, क्यों नहीं भाई आउंदे ग्राउंड दे विच? इंदगढ़ बार बार बुलाया जा रहा यार, इंदगढ़ दी टीम बिना किसी देरी तो ग्राउंड दे विच आवे फाइनल मैच खेडण दे लई। विशेष मान सम्मान डोड पिंड दे बिक्की दा कीता जा रहा है, जिस नौजवान ने जोधा दी टीम दे विच तहलका मचाया, ते दूसरे पासे नाल अलकड़े वाले नौजवान का मान सम्मान माणक उन्होंने करा दिता है। कहते भी माण आप इन्हों दवाइए, इन्होंने साड़ी टीम के लिए खेड खेडी है। सो आओ जी दोनों टीम, इंदगढ़ की टीम कित्थे आ भी हथ खड़ा करो इंदगढ़ यार, इन्ना ढिले ना पै करो वीर, जल्दी तो जल्दी आ जाओ। हाँ देखो दर्शक वीर किवें बेचारे भुखे ते आए बैठे है,
प्रबंध भावे बड़े किते पर फिर भी अज ते कबड्डी दे महाकुंभ दे विच पिछे पै गए ने दूर दूर। हेलो हेलो मारो जी बिसल नाल दी नाल खेड़ दे मैदान दे विच बिल्ले इंदगर दी टीम पलवाना आ गई ते नाल भाई सतपल सत्ती ने ऐलान कीता है भी बिल्ला गालब दा जिथे चाहे उथे फ्रिज दा मान सम्मान ले सकदा इस वीर दा भी बहुत वड्डा धन्नवाद है इस कबड्डी दे महाकुंभ दे नाल जुड़ के इस राजवान ने वड्डा सहयोग कीता है मान सम्मान सतपल सत्ती प्रधान इस संस्था दे उन्हां वल्लों दित्ता जाणा है सच्चे पातशाह चढ़दी कला रखे लंबी उम्र बख्शे आओ दोनों टीमां सेंटर लाइन ते मैच फाइनल शुरू करिए आपां कबड्डी 75 किलो दा 32 टीमां दे विचों नित्र के दो टीमां पुज्जियां एक पासे बदरे दी टीम है ते दूसरे पासे इंदगढ़ दी टीम है फाइनल मैच दोनों टीमां दे दरमियान शुरू हो जा रहा है ते नाल ही मैं बेनती करूंगा अगलियां टीमां डाले वाले हो जल्दी बुखारा मोड़ के खेड़ दे मैदान दे वल्लों आ जाओ इंदगढ़ दी टीम नूं बेनती करा मैं फौरन ही जिहड़ा खेड़ दे मैदान दे वल्लों पुज्जां टीमां डाला ते इंदगढ़ दा फाइनल मैच खेडिया जाणा 41,000 प्लस 31,000 दो एलईडियां तकरीबन सुखिया सवा को लख दी गेम आ जिहड़ी आपां देखांगे फाइनल दे विच ओटा सिंह जी कोच उहनां दा धन्नवाद है सेबी उहनां दा धन्नवाद वीरी बंब जसवीर भैणी वाला देव दयालपुरे का सारे वीर का बड़ा धन्यवाद है दोनों टीम आ गई तो वेले मैच शुरू करिए भीरे आप सतपाल जी तुसी कोई कार्रवाई करने का कर सकते तो असं तो शुरू कर लगे हाँ इन्होंने भी बाबा जी का स्वरूप पहला लिया के रखा सारिया टीम ने सौ खाधी है तो चाहिए भी इदा ही जो आप आए हैं एक बखरी जी गल करिए सारा साल पर लोग खुंडा से चर्चा करते हैं भी केड़े पिंड दे मुंडे ने वधिया जफे लाए है ते केड़े पिंड दे गभरू ने कबड्डी दे वखरे वखरे दा ला के कहंदे भी आपो अपने रेट दे नाल लोकां नूं जोड़ छड्डिया है आओ मैच फाइनल देखिए दोनां दे दरम्यान हेलो हेलो नाली फाइनल मैच दिया दोनों टीम जल्दी खेड़ दे मैदान दे पुजन एलईडियां कढ़िया जाणियां ने दो खिडारियों के लिए एक बेस्ट रेडर एक जाफी जिहड़ा उन्हां दे लिए मान सम्मान दिता जाना है लो इंदगढ़ की टीम लहंदे वाले पासे हो गई है और दूसरे पासे बदरे दी टीम है पहली कबड्डी निक्का नौजवान बदरे वाला पावेगा ते दूसरे पासे इंदगढ़ दी धरती दा रेशम ये भी कहंदे पहली कबड्डी पाउंड विच महारत रखदा है 10.5 या 11 ते जित हार होनी है खेड़ दे मैदान दे विच आ भी तकड़ा मैच शुरू हो जा रहा है आपां सभ ने देखांगे खेड़ दे मैदान दे विच सोहणी खेड़
ਦੋਨਾਂ ਹੀ ਟੀਮਾਂ ਦੇ ਦਰਮਿਆਨ ਹੋਵੇਗੀ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਸਾਹਮਣੇ ਦੇਖੀਏ ਵੀ ਨੌਜਵਾਨ ਪਹਿਲੀ ਕਬੱਡੀ ਪਾਉਣ ਦੇ ਲਈ ਤਿਆਰੀ ਕਰਦਾ ਹੋਇਆ ਕਿ ਮਿੱਤਰਾਂ ਦੇ ਪਿੰਡ ਜਾਣ ਦੇ ਮੁੰਡਾ ਕਰਦਾ ਫਿਰੇ ਤਿਆਰੀ ਤੇ ਇੱਧਰ ਦੇਖੋ ਹੁਣ ਸਨੇਰ ਵਾਲਾ ਕਹਿੰਦੇ ਵੀ ਬੈਸ ਜਾਫੀ ਨਿਕਲ ਕੇ ਭਾਈ ਰੂਪੇ ਦੇ ਕਬੱਡੀ ਕੱਪ ਦੇ ਉੱਤੋਂ ਕਹਿੰਦੇ ਵੀ ਇਹ ਵੀ ਨੌਜਵਾਨ ਵਾਸ਼ ਮਸ਼ੀਨ ਜਿੱਤ ਕੇ ਲਿਆਇਆ ਕੱਲ ਆਪਾਂ ਦੇਖਾਂਗੇ ਅੱਜ ਮਾਨ ਸਨਮਾਨ ਕੌਣ ਨੌਜਵਾਨ ਜਿੱਤ ਕੇ ਲਿਜਾਵੇਗਾ ਕਬੱਡੀ ਓਪਨ ਦੇ ਵਿੱਚ ਲਓ ਰੇਸ਼ਮ ਇੰਦਗੜ੍ਹ ਦੀ ਧਰਤੀ ਦਾ ਪਹਿਲਾ ਧਾਵਾ ਬੋਲਦਾ ਹੋਇਆ ਤੇ ਦੂਸਰੇ ਪਾਸੇ ਦੇਖਾਂਗੇ ਕਿ ਮਿੱਤਰਾਂ ਨੂੰ ਸਜ਼ਾ ਬੋਲਗੀ ਗੱਡਾ ਗੱਡੀਆਂ ਮੋੜੀਆਂ ਕਚਹਿਰੀ ਵਿੱਚੋਂ ਖਾਲੀ ਪਰ ਇੱਧਰ ਦੇਖੀਏ ਜਲਪੁਰੇ ਵਾਲਾ ਫੈਸਲਾ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਨਿੱਕੇ ਦੀ ਹੈ ਚਾਰ ਜਾਫੀ ਇੱਕ ਪਾਸੇ ਰੂਪਾ ਇੱਕ ਪਾਸੇ ਇੰਦਗੜ੍ਹ ਦਾ ਬੋਟਾ ਸਾਹਮਣੇ ਦੇਖਾਂਗੇ ਕਿਸ਼ਨਪੁਰੇ ਵਾਲਾ ਚਾਰ ਜਾਫੀਆਂ ਦੇ ਵਿੱਚੋਂ ਘੁੰਮਦੀ ਹੋਈ ਚੈਨ 30-32 ਟੀਮਾਂ ਦੇ ਨਾਲ ਸਤਪਾਲ ਜੀ ਇਹਨਾਂ ਨੇ ਸੰਘਰਸ਼ ਕੀਤਾ ਹੈ ਤੇ ਜਿੱਤ ਵਾਲੇ ਪਾਸੇ ਆ ਰਹੇ ਨੇ ਇੱਕ ਪਾਸੇ ਨਿਉਂਕੇ ਗਿੱਟਾ ਚੱਕਿਆ ਨੌਜਵਾਨ ਨੇ ਕਿ ਨਿਉਂਕੇ ਜਾਓ ਨਾ ਦਿੰਦੀ ਦੁਨੀਆ ਬਹੁਤੇ ਰੰਗਾਂ ਦੇ ਨਿੱਤਰ ਰੱਖੇ ਡਾਂਗ ਤੇ ਡੇਰਾ ਢਾੜੀ ਮਸਤ ਮਲੰਗਾਂ ਦੀ ਜੇ ਕੋਈ ਸੱਸ ਵਿੱਚ ਖੜ ਲਲਕਾਰੇ ਤਾਂ ਆਕੜ ਲਾਉਣੀ ਪੈਂਦੀ ਹੈ ਜੇ 21 ਪੌੜ ਸ਼ਰੀਕ ਤਾਂ 31 ਪੌੜੀ ਪੈਂਦੀ ਹੈ ਚਨੀਰ ਵਾਲਿਆ ਮੇਜਰਾ ਇੱਕ ਪਾਸੇ ਦੇਖ ਹੁਣ ਹਮੀਦੀ ਵਾਲਾ ਗੁਰਸੇਵਕ ਸਿੰਘ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਸਤਪਾਲ ਜੀ ਸਪਰੇਅ ਦੀ ਜ਼ਰੂਰਤ ਹੈ ਅਮਨਦੀਪ ਸਿੰਘ ਜੀ ਥੋੜ੍ਹੀ ਜਿਹੀ ਦੇ ਦਿਓ ਆਪਾਂ ਨੂੰ ਗਰਾਊਂਡ ਦੇ ਵਿੱਚ ਸਪਰੇਅ ਦੀ ਜ਼ਰੂਰਤ ਹੈ ਧੰਨਵਾਦ ਕਰਾਂਗੇ ਸਾਰੇ ਵੀਰਾਂ ਦਾ ਜਿੰਨੇ ਵੀ ਸਾਡੇ ਵੀਰ ਹੁਣ ਤੱਕ ਇਸ ਕਬੱਡੀ ਨੂੰ ਚਾਹੇ ਪੂਰੀ ਦੁਨੀਆ ਦੇ ਵਿੱਚ ਲਾਈਵ ਕੀਤਾ ਜਾ ਰਿਹਾ ਜੋ ਜੋ ਵੀਰ ਦੇਖ ਰਿਹਾ ਸਭ ਦਾ ਵੱਡਾ ਧੰਨਵਾਦ ਹੈ ਅਗਲੀਆਂ ਦੋਹੇ ਟੀਮਾਂ ਨੂੰ ਆਉਣ ਦੇ ਲਈ ਕਾਲ ਕਰਾਂ ਫਾਈਨਲ ਮੈਚ ਇੰਦਗੜ੍ਹ ਵਰਸੇ ਡਾਲਾ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਇਹਨਾਂ ਟੀਮਾਂ ਨੂੰ ਆਪਾਂ ਜਲਦੀ ਸੱਦਾ ਦੇ ਰਹੇ ਹਾਂ ਕਿ ਜਲਦੀ ਤੋਂ ਜਲਦੀ ਟੀਮਾਂ ਪਹੁੰਚਣ ਲੈ ਇੱਧਰ ਸਾਹਮਣੇ ਦੇਖੋ ਫਾਈਨਲ ਮੈਚ ਦੇ ਵਿੱਚ ਕਹਿੰਦੇ ਵੀ ਤਕੜਾ ਸੰਘਰਸ਼ ਹੈ ਜਿੱਤ ਹਾਰ ਦੇ ਫੈਸਲੇ ਹੋ ਰਹੇ ਹੈ ਤੇ ਇੱਧਰ ਦੇਖੋ ਦਿਆਲਪੁਰੇ ਦਾ ਦੇਵ ਫੈਸਲਾ ਕਰਦਾ ਹੋਇਆ ਕਿ ਨੰਬਰ ਇੰਦਗੜ੍ਹ ਦੀ ਟੀਮ ਦੇ ਹਿੱਸੇ ਆਓ ਸਾਹਮਣੇ ਕਬੱਡੀ ਨਿੱਕਾ ਗੋਲ ਜਿਹਾ ਸਰੀਰ ਭਰਿਆ ਹੋਇਆ ਜਵਾਨੀ ਦਾ ਆਓ ਸਾਹਮਣੇ ਦੇਖਾਂਗੇ ਕਿ ਸੌਖੀ ਨਹੀਂ ਕਬੱਡੀ ਖੇਡਣੀ ਪੈਂਦਾ ਸਰੀਰ ਨੂੰ ਭੱਠੀ ਦੇ ਵਿੱਚ ਝੋਕਣਾ ਉਹ ਲੱਗ ਜਾਂਦੀ ਜਾਨ ਮਿੱਤਰੋ ਇੰਨਾ ਸੌਖਾ ਨੀ ਧਾਵੀ ਨੂੰ ਹੁੰਦਾ ਰੋਕਣਾ ਆਓ ਖੇਡ ਦੇ ਮੈਦਾਨ ਵਿੱਚ ਦੇਖੀਏ ਕਿ ਮੇਰਾ ਬੁਲਾਇਆ ਨਹੀਂ ਆਉਂਦਾ ਇਹਨੂੰ ਆਉਣਾ ਚਾਹੀਦਾ ਰਹੇ ਬਿਸਤਰਾ ਗੋਲ ਨੀ ਮਾਂ ਪਰਦੇਸੀ ਮਾਹੀ ਦਾ ਰਹੇ ਬਿਸਤਰਾ ਗੋਲ ਨੀ ਪਰਦੇਸੀ ਮਾਹੀ ਦਾ ਆਓ ਸਾਹਮਣੇ ਕਬੱਡੀ ਹਮੀਦੀ ਵਾਲਾ ਜਿੱਥੋਂ ਦਾ ਕਾਲਾ ਬੜਾ ਮਸ਼ਹੂਰ ਹੈ ਉਸੇ ਪਿੰਡ ਦਾ ਗੁੰਦਵੇਂ ਜੇ ਸਰੀਰ ਦੇ ਵਿੱਚ ਨੌਜਵਾਨ ਅਗਲੀ ਉਡਾਨ ਭਰਦਾ ਹੋਇਆ ਆਪਾਂ ਸਾਹਮਣੇ ਦੇਖਾਂਗੇ ਚਾਰ ਜਾਫੀਆਂ ਦੇ ਵਿੱਚੋਂ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਤੇ ਮਾਰ ਮਾਰ ਧੌਲਾ ਕਿਹੜੇ ਕੱਢਣਗੇ ਅਗਬੇ ਪਰ ਸਾਹਮਣੇ ਦਿਆਲਪੁਰੇ ਦਾ ਦੇ ਬੂਟਾ ਸਿੰਘ ਕੋਚ ਦੀ ਅੱਖ ਦੇ ਵਿੱਚ ਅੱਖ ਪਾ ਕੇ ਫੈਸਲਾ ਕਰਦਾ ਹੈ ਕਿ ਨੰਬਰ ਇਸ ਨੌਜਵਾਨ ਗੁਰਸੇਵਕ ਸਿੰਘ ਦਾ ਲਓ ਸਾਹਮਣੇ ਕਬੱਡੀ ਕੁਲਵੰਤ ਸਿੰਘ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਕਹਿੰਦੇ ਵੀ ਇੱਕ ਪਾਸੇ ਇੰਦਗੜ੍ਹ ਦੀ ਧਰਤੀ ਦਾ ਰੇਸ਼ਮ ਵੀ ਖੜ ਗਿਆ ਆਲਰਾਊਂਡਰ ਖਿਡਾਰੀ ਹੈ ਕਬੱਡੀਆਂ ਵੀ ਪਾਉਂਦਾ ਜੱਫੇ ਵੀ ਲਾਉਂਦਾ ਲਓ ਸਾਹਮਣੇ ਦੇਖੀਏ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਲਓ ਨਾਲ ਹੀ ਇਸ ਨੌਜਵਾਨ ਦੀ ਕਬੱਡੀ ਦੇ ਉੱਤੇ ਸਰਦਾਰ ਹਰਭਜਨ ਸਿੰਘ ਜੀ ਯੂਕੇ ਵਾਲੇ ਨਾਲ ਸਾਡੇ ਬਾਈ ਸਤਪਾਲ ਸੱਤੀ ਜੀ ਕਹਿੰਦੇ ਵੀ ਹਾਲਾਂ ਵਾਲੇ ਸੱਜਣਾ ਦੇ ਨਾਲ ਮਿਲ ਕੇ 500 ਰੁਪਏ ਦੀ ਕਬੱਡੀ ਆ ਖੇਡ ਦੇ ਮੈਦਾਨ ਦੀ ਮੇਜਰ ਸਿਆ ਪੁੱਤਰਾ 500 ਰੁਪਇਆ ਦਿੱਤਾ ਜਾਣਾ ਮਾਨ ਸਨਮਾਨ ਹੈ ਦੋਹੀ ਪਾਸੇ ਜਿਹੜਾ ਵੀ ਮੁੰਡਾ ਜੱਫਾ ਲਾਉਂਦਾ ਚਾਹੇ ਇੰਦਗੜ੍ਹ ਦਾ ਲਾ ਜਾਵੇ ਚਾਹੇ ਬਦਰੇ ਵਾਲਾ ਲਾ ਜਾਵੇ 500 ਰੁਪਇਆ ਦਿੱਤਾ ਜਾਣਾ ਹੈ ਤੇ ਨਾਲ ਸਾਡੇ ਅਮਨਦੀਪ ਸਿੰਘ ਜੀ ਖਾਲਸਾ ਕੌਮੀ ਮੀਤ ਪ੍ਰਧਾਨ ਆਪ ਸਭ ਨੂੰ ਜੀ ਆਇਆਂ ਵੀ ਕਹਿਣਗੇ ਮਾਈਕ ਦੇ ਉੱਤੇ ਆਪਾਂ ਧੰਨਵਾਦ ਕਰਾਂਗੇ ਅੰਗਰੇਜ਼ ਗੇਜੀ ਕਪੂਰਿਆਂ ਵਾਲਾ ਕਹਿੰਦੇ ਵੀ ਜਿੱਥੇ ਕਬੱਡੀ ਖੇਡਦਾ ਉੱਥੇ ਗਾਇਕੀ ਵੀ ਬੜੀ ਵਧੀਆ ਉਹਨਾਂ ਤੋਂ ਵੀ ਆਪਾਂ ਇੱਕ ਰਿਕਾਰਡ ਜਿਹੜਾ ਉਹਨਾਂ ਦਾ ਰਿਲੀਜ਼ ਹੋ ਜਾਇਆ ਉਹ ਵੀ ਸੁਣਾਂਗੇ ਉਹ ਵੀ ਵੀਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਪੂਜਿਆ ਹੋਇਆ ਲਓ ਅਗਲੀ ਕਬੱਡੀ ਮੈਂ ਬੇਨਤੀ ਕਰਾਂ ਦੋਹਾਂ ਟੀਮਾਂ ਨੂੰ ਫਾਈਨਲ ਮੈਚ ਖੇਡਣ ਦੇ ਲਈ ਖੇਡ ਦੇ ਮੈਦਾਨ ਦੇ ਪੁੱਜਣ
500 ਰੁਪਿਆ ਚਨੀਰ ਵਾਲਿਆ ਤੈਨੂੰ ਦਿੱਤਾ ਜਾਣਾ, ਜੇ ਤੂੰ ਤੁੰਨ ਕੇ ਜੱਫਾ ਲਾਵੇ ਤਾਂ 1000 ਰੁਪਿਆ ਦਿੱਤਾ ਜਾਣਾ। ਸਤਪਾਲ ਸੱਤੀ, ਅਮਨਦੀਪ ਸਿੰਘ ਜੀ ਖਾਲਸੇ ਹੋਣੀ ਕਹਿੰਦੇ ਆ ਵੀ 1000 ਰੁਪਿਆ ਜੇ ਮੇਜਰ ਚਨੀਰ ਦਾ ਤੁੰਨ ਕੇ ਜੱਫਾ ਲਾ ਦੇਵੇ ਤਾਂ ਦਿੱਤਾ ਜਾਣਾ। ਤੇ ਇੱਧਰ ਦੇਖਾਂਗੇ ਵੀ ਕੌਣ ਰੂਪਾ ਜੱਫਾ ਲਾਉਂਦਾ ਜਾਂ ਮੋਟਾ ਜੱਫਾ ਲਾਉਂਦਾ। ਲਓ ਸਾਹਮਣੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਤੇ ਦੂਸਰੇ ਪਾਸੇ ਨੌਜਵਾਨ ਚਾਰ ਜਾਫੀ ਹੈ ਕਿ ਮੇਰੀ ਖੁੱਲ ਗਈ ਪਟਾਕ ਦੇੜੇ ਅੱਖ ਨੀ ਗਲੀ ਦੇ ਵਿੱਚੋਂ ਕੌਣ ਲੰਘਿਆ। ਹੋਰ ਲੰਘਦੇ ਨੇ ਲੋਕ ਭਾਵੇਂ ਲੱਖ ਨੇ, ਇਹ ਤੇ ਲੱਖਾਂ ਵਿੱਚੋਂ ਲੰਘ ਗਿਆ ਬੱਖ ਨੇ, ਗਲੀ ਦੇ ਵਿੱਚੋਂ ਕੌਣ ਲੰਘਿਆ। ਮੇਰੀ ਖੁੱਲ ਗਈ ਪਟਾਕ ਦੇਣੇ ਅੱਖ ਨੇ, ਗਲੀ ਦੇ ਵਿੱਚੋਂ ਕੌਣ ਲੰਘਿਆ। 1000 ਰੁਪਿਆ ਰੇਸ਼ਮ ਦੀ ਕਬੱਡੀ ਤੇ ਹੈ। ਨਾਲ ਬਾਬਾ ਕਹਿੰਦਾ ਵੀ 200 ਰੁਪਿਆ ਮੇਰਾ ਐਡਜਸਟ ਕਰਨਾ ਹੈ, 1200 ਰੁਪਿਆ ਮੇਜਰ ਸਿਆ। ਪਰ ਇਸ ਮੁੰਡੇ ਨੂੰ ਡੱਕਣਾ ਤੇ ਕਹਿੰਦੇ ਵੀ ਬਹੁਤ ਮੁਸ਼ਕਿਲ ਜੀ ਗੱਲ ਹੋ ਜਾਂਦੀ ਹੈ। ਆ ਵੀ ਨੌਜਵਾਨਾਂ ਪਾ ਕਬੱਡੀ ਤਿਪ ਤਿਪ ਚੋਬੇ ਮੁੜਕਾ ਖੇਡੇ ਯਾਰ ਦੀ ਬੁੱਕਲ ਵਿੱਚੋਂ ਆਈ ਨੀ ਤਿਪ ਤਿਪ ਚੋਬੇ ਮੁੜਕਾ ਵੱਡੀ ਪੜਦੀ ਮਰਬਿਆਂ ਵਾਲੀ। ਲਓ ਸਾਹਮਣੇ ਪਾਈ ਹੋਈ ਕਬੱਡੀ ਹੈ, ਦੂਸਰੇ ਪਾਸੇ ਦੇਖਾਂਗੇ ਕੀ ਭਾਅ ਵਿਕਦੀ ਹੈ। ਇੱਕ ਪਾਸੇ ਖੇਡ ਦੇ ਮੈਦਾਨ ਵਿੱਚ ਕਿਸ਼ਨਪੁਰੇ ਵਾਲਾ ਮੋਟਾ ਤੇ ਨਾਲ ਸਾਹਮਣੇ ਦੇਖਾਂਗੇ ਨਿਉਕੇ ਗਿੱਟਾ ਚੱਕਦਾ ਹੋਇਆ ਪਰ ਨੰਬਰ ਧਾਵੀ ਦਾ। ਲਓ ਅਗਲੀ ਕਬੱਡੀ ਖੇਡ ਦੇ ਮੈਦਾਨ ਵਿੱਚ ਦੇਖਾਂਗੇ ਨਾਲ ਦੋਹੇ ਟੀਮਾਂ ਜਲਦੀ ਤੋਂ ਜਲਦੀ ਫਾਈਨਲ ਮੈਚ ਖੇਡਣ ਦੇ ਲਈ ਖੇਡ ਦੇ ਮੈਦਾਨ ਦੇ ਪੁੱਜਣ। ਆਪ ਹੀ ਨੌਜਵਾਨਾਂ ਪਾਖਾ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਸਾਹਮਣੇ ਦੇਖੀਏ ਚਾਰ ਜਾਫੀ ਹੈ। ਮੇਜਰਾ ਇੱਕ ਵਾਰੀ ਹੱਥ ਲਾ ਕੇ ਦੇਖ ਮੁੰਡੇ ਨੂੰ, ਹੈ ਕੋਈ ਸ਼ੀੜੀ ਮਾਨੇ ਸ਼ੇਰਪੁਰ ਜੰਮਿਆ ਬਦਰੇ ਵਾਲਾ ਜਿਹੜਾ ਇਸ ਨੌਜਵਾਨ ਨੂੰ ਡੱਕ ਪਾਵੇ ਫਲ ਪਾਵੇ। ਲਓ ਦੂਸਰੇ ਪਾਸੇ ਦੇਖਾਂਗੇ ਕਿਹੜੇ ਯਾਰ ਦਾ ਗੁਤਾਵਾ ਕੀਤਾ ਨੀ ਤੂੜੀ ਨਾਲ ਗੁੱਤ ਲਿਬੜੀ, ਕਿਹੜੇ ਯਾਰ ਦਾ ਗੁਤਾਵਾ ਕੀਤਾ। ਲਓ ਖੇਡ ਦੇ ਮੈਦਾਨ ਦੇ ਵਿੱਚ ਦੇਖੀਏ ਗੱਲ ਬੜੀ ਵਧੀਆ ਜਿਹੜੀ ਇਸ ਨੌਜਵਾਨ ਨੇ ਕਰ ਜਾਣੀ ਹੈ ਖੇਡ ਦੇ ਮੈਦਾਨ ਦੇ ਵਿੱਚ। ਆਪ ਵੀ ਨੌਜਵਾਨਾਂ ਪਾਖਾ ਕਬੱਡੀ 500 ਰੁਪਿਆ 1000 ਦੀ ਕਬੱਡੀ, ਅੱਜ ਤੁਸੀਂ ਦੇਖਿਆ 5000 ਦੀ ਕਬੱਡੀ ਵੀ ਪਈ ਹੈ। ਮੱਖਣ ਸਿੰਘ ਜੀ USA ਵਾਲੇ ਆਏ ਸਨ। ਲਓ ਸਾਹਮਣੇ ਦੇਖੀਏ ਅਗਲੀ ਕਬੱਡੀ ਦੇ ਨਾਲ ਕਿਹੜਾ ਮੁੰਡਾ ਅੱਜ ਦੇ ਇਸ ਕਬੱਡੀ ਦੇ ਮਹਾਂਕੁੰਭ ਦਾ ਫਾਈਨਲ ਮੈਚ ਜਿੱਤ ਕੇ ਆਪਣੇ ਹਿੱਸੇ ਦੇ ਵਿੱਚ ਕੱਪ ਤੇ ਕਬਜ਼ਾ ਕਰੇਗਾ। ਇਹ ਗੱਲ ਸਮੇਂ ਦੀ ਹੋਣੀ ਹੈ ਤੇ ਨਾਲ ਹੀ ਅਗਲੇ ਮੈਚ ਦੀਆਂ ਦੋਹੇ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਆ ਵੀ ਨੌਜਵਾਨਾਂ ਪਾ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ। ਇੱਕ ਪਾਸੇ ਕਬੱਡੀ 365 ਵਾਲੇ ਜਿਨ੍ਹਾਂ ਦੀ ਪਹਿਲੀ ਵੈਬਸਾਈਟ ਨੇ ਦੁਨੀਆਂ ਨੂੰ ਹਿਲਾ ਦਿੱਤਾ ਹੈ ਕਿ ਕਬੱਡੀ ਇੱਕ ਮਹਿਬੂਬ ਖੇਡ ਆ ਪੰਜਾਬੀਆਂ ਦੀ। ਅੱਜ ਸਾਰੀ ਦੁਨੀਆਂ ਇਸ ਕਬੱਡੀ ਨੂੰ ਮਾਣ ਦੇ ਰਹੀ ਹੈ। ਆਓ ਸਾਹਮਣੇ ਦੇਖੀਏ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਨੰਬਰ ਲੈ ਕੇ ਵਾਪਸ ਮੁੜਦਾ ਹੋਇਆ ਇੰਦਗੜ੍ਹ ਦੀ ਧਰਤੀ ਦਾ ਰੇਸ਼ਮ ਧਰਮੇ ਦਾ ਛੋਟਾ ਵੀਰ। ਕਹਿੰਦੇ ਵੀ 6 ਸਾਲ ਭਾਵੇਂ ਕੈਨੇਡਾ ਰਿਹਾ ਪਰ ਆਉਂਦਿਆਂ ਫੇਰ ਲਗੋਟਾ ਸੱਤਿਆ ਚੱਕਿਆ ਨੌਜਵਾਨ ਨੇ, ਫੇਰ ਖੇਡ ਦੇ ਮੈਦਾਨਾਂ ਦੀ ਸ਼ਾਨ ਬਣਿਆ, ਲੋਕਾਂ ਨੇ ਬਣਿਆ ਮਾਨ ਸਨਮਾਨ ਫਿਰ ਦਿੱਤਾ ਇਸ ਨੌਜਵਾਨ ਨੂੰ। ਇੱਧਰ ਦੇਖੋ ਜੇ ਮੋਟਿਆਂ ਜੱਫਾ ਲੱਗ ਗਿਆ ਪੁੱਤ 500 ਰੁਪਿਆ ਤੈਨੂੰ ਦਿੱਤਾ ਜਾਣਾ। ਲਓ ਸਾਹਮਣੇ 100 ਪਰ ਬਾਕੀ ਜਿਹੜਾ ਅਜੇ ਅਗਲੇ ਐਪੀਸੋਡ ਦੇ ਵਿੱਚ ਗੱਲ ਕਰ ਜਾਣੀ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ 500 ਰੁਪਏ ਦੇ ਮਾਨ ਸਨਮਾਨ ਹੈ ਪਰ ਖੇਡ ਦੇ ਮੈਦਾਨ ਵਿੱਚ ਦੇਖਾਂਗੇ ਇਸ ਮੁੰਡੇ ਦੀ ਪੈਂਦੀ ਹੋਈ ਕਬੱਡੀ ਨੂੰ। ਨੌਜਵਾਨ ਦਾ ਪਸੀਨਾ ਕਹਿੰਦੇ ਵੀ ਸਾਰੇ ਸਰੀਰ ਦੇ ਵਿੱਚੋਂ ਸਿਮ ਰਿਹਾ ਹਰ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਲੈ ਵਾਪਸ ਮੁੜਦਾ ਹੋਇਆ ਮੈਚ ਸਮਾਪਤ ਹੈ। 10ਵੀਂ ਬਾਈ ਕਿਹੜੀ ਟੀਮ ਫਸਟ ਹੈ ਤੇ ਕਿਹੜੀ ਸੈਕੰਡ ਹੈ ਅੱਜ ਦੇ ਕਬੱਡੀ ਦੇ ਮਹਾਂਕੁੰਭ ਦੇ ਵਿੱਚ। ਫਸਟ ਟੀਮ ਜਿਹੜੀ ਇੰਦਗੜ੍ਹ ਦੀ, ਸੈਕੰਡ ਬਦਰਾ, ਦੋਨਾਂ ਟੀਮਾਂ ਦੇ ਜਿਹੜੇ ਰੇਡਰ ਹੈ ਉਹ 500 ਰੁਪਿਆ ਬਾਈ ਸਾਤੋਂ ਲੈ ਲੈਣ। ਦੋਨਾਂ ਟੀਮਾਂ ਦੇ ਰੇਡਰ ਸਾਹਿਬਾਨਾਂ ਨੂੰ ਬੇਨਤੀ ਹੈ। ਬਦਰੇ ਦੇ ਨੰਬਰ ਨੇ 9 ਤੇ ਇੰਦਗੜ੍ਹ ਦੀ ਟੀਮ ਦੇ ਨੰਬਰ ਨੇ 10.5। ਅਗਲਾ ਫਾਈਨਲ ਜਿਹੜਾ ਮੈਚ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਉਹ ਜਲਦੀ ਆ ਜਾਣਾ। ਉਸ ਤੋਂ ਪਹਿਲਾਂ ਬਾਈ ਅਮਨਦੀਪ ਸਿੰਘ ਜੀ ਖਾਲਸਾ ਔਰ ਅੰਗਰੇਜ਼ ਸਿੰਘ ਜੀ ਸਾਡੇ ਹੈਲੋ। ਹਾਂਜੀ ਦਰਸ਼ਕ ਵੀਰੋ, ਜਿੰਨੀ ਦੇਰ ਟੀਮਾਂ ਆਉਂਦੀਆਂ ਆਪਣੇ ਏਰੀਏ ਦੀ ਜਾਣੀ ਪਛਾਣੀ ਆਵਾਜ਼ ਹੈ, ਬਹੁਤ ਸੋਹਣਾ ਲਿਖਦਾ ਇਨਸਾਨ, ਬਹੁਤ ਵਧੀਆ ਕਬੱਡੀ ਬੜੀ ਸੋਹਣੀ ਖੇਡਦਾ ਹੈ,
ਸਰਗਵਾਸੀ ਸਰਦਾਰ ਜਰਨੈਲ ਸਿੰਘ ਦਾ ਪੁੱਤ ਅਮਰਜੀਤ ਸਿੰਘ ਗੇਜੀ ਕਪੂਰਾਂ ਵਾਲਾ ਵਧੀਆ ਕਬੱਡੀ ਦਾ ਖਿਡਾਰੀ ਵੀ ਹੈ। ਆਪਣਾ ਨਵਾਂ ਗੀਤ ਟਰਾਲੇ ਚੱਲਦੇ ਲੈ ਕੇ ਆਪਣੇ ਰੂਬਰੂ ਹੋ ਰਿਹਾ। ਇੱਕ ਵਾਰੀ ਗੇਜੀ ਦੇ ਨਾਂ ਤੇ ਤਾੜੀ ਮਾਰ ਦਿਓ। ਆਹ ਵੀ ਨੌਜਵਾਨ ਆਪਣੇ ਏਰੀਏ ਦੀ ਬਹੁਤ ਵਧੀਆ ਆਵਾਜ਼ ਹੈ ਕਪੂਰਾਂ ਵਾਲਾ ਗੇਜੀ, ਆਪਣਾ ਨਵਾਂ ਗੀਤ ਟਰਾਲੇ। ਹੈਲੋ, ਸਭ ਤੋਂ ਪਹਿਲਾਂ ਬਾਬਾ ਸ਼ਹੀਦ ਜੀ ਦੀ ਯਾਦ ਵਿੱਚ ਇਹ ਕਰਵਾਇਆ ਜਾ ਰਿਹਾ ਖੇਡ ਮੇਲਾ। ਬਹੁਤ ਜਿਨ੍ਹਾਂ ਨੂੰ ਮੈਚ ਵਧੀਆ ਲੱਗੇ ਬਾਈ ਜ਼ੋਰਦਾਰ ਤਾੜੀ ਮਾਰ ਦਿਓ। ਬਹੁਤ ਬਹੁਤ ਵਧਾਈ ਦਿੰਦੇ ਹਾਂ ਬਾਈ ਸੱਤੀ ਪ੍ਰਧਾਨ ਨੂੰ। ਮੈਂ ਆਪਦਾ ਨਵਾਂ ਗੀਤ ਸੁਣਾਊਂਗਾ ਟਰਾਲੇ ਚੱਲਦੇ। ਪਹਿਲਾਂ ਦੋ ਲੈਣਾ ਉਸ ਪਰਮਾਤਮਾ ਦੇ ਨਾਂ ਤੇ ਕਹੂੰਗਾ। ਰੋਮ ਰੋਮ ਵਿੱਚ ਵਾਸ ਸੱਜਣ ਦਾ ਡਾਡਾ ਏ ਧਰਵਾਸ ਸੱਜਣ ਦਾ ਤੁਰ ਪਈਆਂ ਹੁਣ ਯਾਰ ਦੇ ਘਰ ਨੂੰ ਮੈਂ ਛੱਡ ਨਹੀਂ ਸਕਦੀ ਉਹਦੇ ਦਰ ਨੂੰ ਆ ਦੁਨੀਆਂ ਪਈ ਖਸਮਾਂ ਨੂੰ ਖਾਵੇ ਵੇ ਹਾਂ ਆ ਦੁਨੀਆਂ ਪਈ ਖਸਮਾਂ ਨੂੰ ਖਾਵੇ ਮਸਤੀ ਮੈਂ ਫਿਰਦੀ ਮੇਰਾ ਤੁਣਕਾ ਯਾਰ ਵਜਾਵੇ ਮਸਤੀ ਮੈਂ ਫਿਰਦੀ ਰੂਹ ਅੱਲਾ ਅੱਲਾ ਗਾਵੇ ਮੌਲਾ ਰੂਹ ਅੱਲਾ ਅੱਲਾ ਗਾਵੇ ਤੇ ਮਸਤੀ ਮੈਂ ਫਿਰਦੀ ਮੇਰਾ ਤੁਣਕਾ ਯਾਰ ਵਜਾਵੇ ਮਸਤੀ ਮੈਂ ਫਿਰਦੀ। ਰੱਬ ਦਾ ਨਾਂ ਲੈਣ ਤੋਂ ਬਾਅਦ ਜੇ ਵਧੀਆ ਲੱਗਿਆ ਤਾੜੀ ਮਾਰ ਦਿਓ। ਥੈਂਕ ਯੂ। ਮੈਂ ਆਪਦਾ ਨਵਾਂ ਗੀਤ ਸੁਣਾਉਣ ਲੱਗਾ ਟਰਾਲੇ ਚੱਲਦੇ। ਸੁਣੋ ਯਾਰੋ ਗੱਲ ਮੈਂ ਸੁਣਾਵਾਂ ਆਪਣੀ ਸੁਣੋ ਯਾਰੋ ਗੱਲ ਮੈਂ ਸੁਣਾਵਾਂ ਆਪਣੀ ਸੈਂਟੀ ਹੋ ਗਈ ਕੁੜੀ ਇੱਕ ਤੁਹਾਡੇ ਯਾਰ ਤੇ ਦੇਖ ਦੇਖ ਜਿਸ ਨੂੰ ਨਾ ਭੁੱਖਾਂ ਲੈਂਦੀਆਂ ਚੜਿਆ ਹੁਸਨੇ ਇੰਨਾ ਮੁਟਿਆਰ ਤੇ ਖੋਲ ਕੇ ਸੁਣਾ ਗਈ ਸਾਰਾ ਹਾਲ ਦਿਲ ਦਾ ਖੋਲ ਕੇ ਸੁਣਾ ਗਈ ਸਾਰਾ ਹਾਲ ਦਿਲ ਦਾ ਰੱਖਿਆ ਨਾ ਪਰਦਾ ਕਿਸੇ ਵੀ ਗੱਲ ਤੇ ਕਹਿੰਦੀ ਵੇ ਮੈਂ ਕੁੜੀ ਹਾਂ ਗਰੀਬ ਘਰ ਦੀ ਮੈਂ ਕਿਹਾ ਸਾਡੇ ਕਿਹੜਾ ਸੋਹਣੀਏ ਟਰਾਲੇ ਚੱਲਦੇ ਕਹਿੰਦੀ ਵੇ ਮੈਂ ਬੜੇ ਹੀ ਗਰੀਬ ਘਰ ਦੀ ਮੈਂ ਕਿਹਾ ਸਾਡੇ ਕਿਹੜਾ ਸੋਹਣੀਏ ਟਰਾਲੇ ਚੱਲਦੇ ਦਿੱਲੀਆਂ ਅੱਖਾਂ ਦੀ ਪੁੱਛੋ ਤੋਰ ਬਾਰੇ ਨਾ ਸੱਪ ਬਾਣੀ ਯਾਰਾਂ ਦੇ ਹੈ ਸੀਨੇ ਮੇਲ ਦੀ ਮੇਰ ਹੋ ਗਈ ਯਾਰੋ ਨੀਲੀ ਛੱਤ ਵਾਲੇ ਦੀ ਕਾਟੋ ਹੁਣ ਸਾਡੀ ਵੀ ਫੁੱਲਾਂ ਤੇ ਖੇਲਦੀ ਘੜੀ ਮੁੜੀ ਤਰਸੀ ਉਹ ਰਹਿੰਦੀ ਦੀਦ ਨੂੰ ਘੜੀ ਮੁੜੀ ਤਰਸੀ ਉਹ ਰਹਿੰਦੀ ਦੀਦ ਨੂੰ ਨੈਣੇ ਉਹਦੇ ਮੇਰੀ ਨਾ ਜੁਦਾਈ ਚੱਲਦੇ ਕਹਿੰਦੀ ਵੀ ਮੈਂ ਕੁੜੀ ਹਾਂ ਗਰੀਬ ਘਰ ਦੀ ਮੈਂ ਕਿਹਾ ਸਾਡੇ ਕਿਹੜਾ ਸੋਹਣੀਏ ਟਰਾਲੇ ਚੱਲਦੇ ਕਹਿੰਦੀ ਵੀ ਮੈਂ ਬੜੇ ਹੀ ਗਰੀਬ ਘਰ ਦੀ ਮੈਂ ਕਿਹਾ ਸਾਡੇ ਕਿਹੜਾ ਸੋਹਣੀਏ ਟਰੱਕ ਚੱਲਦੇ ਨਿੱਕਾ ਜਿਹਾ ਕਹਿੰਦੀ ਸਾਡਾ ਘਰ ਬਾਰ ਵੇ ਸਿੰਪਲ ਜਿਹੀ ਆ ਸਾਦੇ ਪਰਿਵਾਰ ਦੀ ਸਾਡਾ ਕਿਹੜਾ ਪਾਇਆ ਮੈਂ ਕਿਹਾ ਮਹਿਲ ਸੋਹਣੀਏ ਸੇਮ ਹੀ ਕੰਡੀਸ਼ਨ ਹੈ ਨੀ ਤੇਰੇ ਯਾਰ ਦੀ ਆਖਦੀ ਆ ਮਰ ਜੂਗੀ ਜ਼ਹਿਰ ਖਾ ਕੇ ਵੇ ਆਖਦੀ ਆ ਮਰ ਜੂਗੀ ਜ਼ਹਿਰ ਖਾ ਕੇ ਵੇ ਰਿਹਾ ਨਾ ਕਿਤੇ ਵੇ ਜੇ ਤੂੰ ਇਸੇ ਗੱਲ ਤੇ ਕਹਿੰਦੀ ਵੇ ਮੈਂ ਕੁੜੀ ਹਾਂ ਗਰੀਬ ਘਰ ਦੀ ਮੈਂ ਕਿਹਾ ਸਾਡੇ ਕਿਹੜਾ ਸੋਹਣੀਏ ਟਰਾਲੇ ਚੱਲਦੇ ਕਹਿੰਦੀ ਵੇ ਮੈਂ ਬੜੇ ਹੀ ਗਰੀਬ ਘਰ ਦੀ ਮੈਂ ਕਿਹਾ ਸਾਡੇ ਕਿਹੜਾ ਸੋਹਣੀਏ ਟਰਾਲੇ ਚੱਲਦੇ ਨਕਲੀ ਬ੍ਰੈਂਡ ਸਾਡੇ ਉਹ ਕੀ ਜਾਣਦੀ ਟੌਰ ਵੇਖ ਯਾਰਾਂ ਦੀ ਸੀ ਡਰੀ ਫਿਰਦੀ ਲੱਗਦਾ ਸੀ ਗੇਜੀ ਉਹਨੂੰ ਬਾਹਰ ਪਹੁੰਚ ਤੋਂ ਉਂਜ ਨਾਮ ਸਾਡੇ ਜ਼ਿੰਦਗੀ ਸੀ ਕਰੀ ਫਿਰਦੀ ਆਖਦੀ ਕਿਊਟ ਲੱਗੇ ਦੀਨੇ ਵਾਲਿਆ ਆਖਦੀ ਕਿਊਟ ਲੱਗੇ ਦੀਨੇ ਵਾਲਿਆ ਵੱਢ ਕੇ ਭੋਲੀ ਜੀ ਮੇਰੇ ਝੂੰਡੀ ਗੱਲ ਤੇ ਕਹਿੰਦੀ ਵੇ ਮੈਂ ਕੁੜੀ ਹਾਂ ਗਰੀਬ ਘਰ ਦੀ ਮੈਂ ਕਿਹਾ ਸਾਡੇ ਕਿਹੜਾ ਸੋਹਣੀਏ ਟਰਾਲੇ ਚੱਲਦੇ ਕਹਿੰਦੀ ਵੇ ਮੈਂ ਬੜੇ ਹੀ ਗਰੀਬ ਘਰ ਦੀ ਮੈਂ ਕਿਹਾ ਸਾਡੇ ਕਿਹੜਾ ਸੋਹਣੀਏ ਟਰੱਕ ਚੱਲਦੇ ਥੈਂਕ ਯੂ ਬਾਈ ਜੇ ਵਧੀਆ ਲੱਗਿਆ ਤਾੜੀ ਮਾਰ ਦਿਓ ਯਾਰ ਜ਼ੋਰਦਾਰ ਯਾਰ ਮੈਂ ਬਾਈ ਬੜਾ ਤੇਜ਼ ਕਰ ਯਾਰ
ਬਈ ਫਰਮਾਇਸ਼ ਆਈ ਆ ਮੇਰਾ ਗੀਤ ਜਿਹਨੂੰ ਵਧੀਆ ਲੱਗਦਾ ਚਿੱਟੇ ਵਾਲਾ ਜਿਹੜਾ ਆਇਆ ਬਈ ਜ਼ੋਰਦਾਰ ਤਾੜੀ ਮਾਰ ਦਿਓ ਜਿਹਨੇ ਜਿਹਨੇ ਸੁਣਿਆ ਚਿੱਟਾ ਪਾਰ ਨਾ ਸੀਮਾ ਕਰਦਾ ਏ ਇਤੇ ਵਹਿਮ ਲੋਕਾਂ ਦੇ ਦਿਲ ਦਾ ਏ ਕੋਈ ਟਾਵਾਂ ਪਿੰਡ ਪੰਜਾਬ ਦਾ ਏ ਜਿੱਥੋਂ ਹੁਣੇ ਜ਼ਹਿਰ ਨਾ ਮਿਲਦਾ ਏ ਖਬਰ ਸਾਰੀ ਨਾ ਕੋਈ ਆਉਣੋ ਇਹ ਕਦੋਂ ਯਾਰੋ ਬੰਦ ਹੋਣਾ ਏ ਹੋਰੇ ਕਦ ਤੱਕ ਮਾਵਾਂ ਦੇ ਹਲੇ ਨੀਰ ਨੈਣਾ ਚੋਂ ਚੋਣਾ ਏ ਬਾਡਰ ਸਿਕਿਉਰਟੀ ਹੱਦਾਂ ਸਿਰ ਹੱਦਾਂ ਉੱਤੇ ਹਰ ਵੇਲੇ ਰਹਿੰਦੀ ਤੈਨਾਤ ਜੀ ਪਿੰਡੋ ਪਿੰਡੀ ਫੇਰ ਵੀ ਹੈਰਵੰਸ ਮਹਿਕਦੀ ਨਾ ਦਿਸਦੀ ਕਿਸੇ ਪਾਸੇ ਘਾਟ ਜੀ ਪਿੰਡੋ ਪਿੰਡੀ ਫੇਰ ਵੀ ਹੈਰਵੰਸ ਮਹਿਕਦੀ ਨਾ ਦਿਸਦੀ ਕਿਸੇ ਪਾਸੇ ਘਾਟ ਜੀ ਲੰਡੀ ਬੁੱਚੀ ਕਰਦੀ ਸਮਗਲੀ ਗੀਤ ਦੱਸੋ ਕਿੱਥੇ ਆ ਧਿਆਨ ਸਰਕਾਰਾਂ ਦਾ ਖਾ ਗਿਆ ਜਵਾਨੀ ਮੇਰੇ ਰੰਗਲੇ ਪੰਜਾਬ ਦੀ ਜੀ ਨਸ਼ਾ ਇੱਕ ਬਾਰਡਰਾਂ ਤੋਂ ਪਰਾਂ ਦਾ ਖਾ ਗਿਆ ਜਵਾਨੀ ਮੇਰੇ ਰੰਗਲੇ ਪੰਜਾਬ ਦੀ ਜੀ ਜ਼ਹਿਰੀ ਇੱਕ ਬਾਰਡਰਾਂ ਤੋਂ ਪਰਾਂ ਦਾ ਥੈਂਕ ਯੂ ਬਾਈ ਜ਼ੋਰਦਾਰ ਤਾੜੀ ਮਾਰ ਦਿਓ ਜਿਹਨੂੰ ਵਧੀਆ ਲੱਗਿਆ ਮੇਰਾ ਬਾਈ ਕਮੈਂਟਰੀ ਤੋਂ ਕੋਕਰੀ ਵਾਲਾ ਮੇਰਾ ਯਾਰ ਬਹੁਤ ਵਧੀਆ ਕਮੈਂਟਰੀ ਕਰਦਾ ਸ਼ਾਨ ਆ ਸਾਡੇ ਏਰੀਏ ਦੀ ਰੱਬ ਨੂੰ ਤਰੱਕੀਆਂ ਬਖਸ਼ੇ ਥੈਂਕ ਯੂ ਮਿਹਰਬਾਨੀ ਕੀਪਾ ਬਾਬੇ ਕਾ ਉਹਨਾਂ ਨੂੰ ਬਹੁਤ ਮਾਣ ਆਇਆ 500 ਰੁਪਇਆ ਥੈਂਕ ਯੂ ਬਾਈ ਕੁਲਦੀਪ ਸਿੰਘ ਜੀ ਕੀਪਾ ਬਾਬੇ ਕੇ 500 ਰੁਪਇਆ ਇਸ ਨੌਜਵਾਨ ਅੰਗਰੇਜ਼ ਦੇ ਲਈ ਭੇਜਦੇ ਹੈ 500 ਰੁਪਇਆ ਬਾਈ ਸਤਪਾਲ ਸਿੰਘ ਜੀ ਸੱਤੇ ਇੰਗਲੈਂਡ ਵਾਲੇ 100 ਰੁਪਇਆ ਬਾਈ ਪੱਪੂ ਨੇ ਮਾਨ ਸਨਮਾਨ ਕੀਤਾ ਹੈ ਅੰਮ੍ਰਿਤਪਾਲ ਸਿਆ ਫਾਈਨਲ ਮੈਚ ਖੇਡਦੇ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਆਪਣੀ ਰਸਮ ਅਮਨਦੀਪ ਸਿੰਘ ਜੀ ਤੁਸੀਂ ਕਰ ਲਓ ਜਿਹੜੀ ਕਰਨੀ ਹੈ ਤੇ ਜਿਹਨਾਂ ਨੇ ਬੈਸਟ ਰੇਡਰ ਤੇ ਜਾਫੀ ਕੱਢੇ ਉਹ ਆਪਣੀਆਂ ਕਾਪੀਆਂ ਲੈ ਲੈਣ ਉਹਨਾਂ ਦੀ ਡਿਊਟੀ ਲਾ ਦਿਓ ਅਮਨਦੀਪ ਸਿੰਘ ਜੀ ਆਪਾਂ ਮੈਚ ਸ਼ੁਰੂ ਕਰੀਏ ਖੇਡਦੇ ਮੈਦਾਨ ਦੇ ਵਿੱਚ ਫਾਈਨਲ ਮੈਚ ਪੱਪੂ ਸਾਡਾ ਵੀਰ ਵਾਲੀਬਾਲ ਦਾ ਖਿਡਾਰੀ ਹੈ ਕੋਚ ਵੀ ਹੈ ਉਹਦੇ ਵੱਲੋਂ ਵੀ ਮਾਨ ਸਨਮਾਨ ਕੀਤੇ ਗਏ ਹੈ ਸੱਚੇ ਪਾਤਸ਼ਾਹ ਮਿਹਰ ਕਰੇ ਦੋਨੇ ਟੀਮਾਂ ਡਾਲੇ ਵਾਲਿਆਂ ਫਟਾਫਟ ਕਰ ਲਓ ਮੇਰੇ ਵੀਰ ਬਿੱਲੇ ਮਾਰੋ ਖਬਾਈ ਬਿਸਲ ਤੇ ਫੇਰ ਆਪਾਂ ਮੈਚ ਸ਼ੁਰੂ ਕਰਾਈਏ ਫਾਈਨਲ ਜਥੇਦਾਰ ਕਰਨੈਲ ਸਿੰਘ ਜੀ ਗੱਬਰ ਸਾਊਂਡ ਸਰਵਿਸ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਪਿਆਰੀ ਆਵਾਜ਼ ਪੰਜਾਬ ਦੇ ਖੇਡ ਵੇਲਿਆਂ ਦੇ ਸਤਪਾਲ ਜੀ ਜਲਦੀ ਮੈਚ ਸ਼ੁਰੂ ਕਰੀਏ ਆਪਾਂ ਫਾਈਨਲ ਮੈਚ ਸ਼ੁਰੂ ਹੋਣ ਜਾ ਰਿਹਾ ਦੋਨਾਂ ਹੀ ਟੀਮਾਂ ਦੇ ਦਰਮਿਆਨ ਜਿੱਤ ਹਾਰ ਦੇ ਫੈਸਲੇ ਐਲ ਈ ਡੀਆਂ ਦੇ ਫੈਸਲੇ ਸਿਕੰਦਰ ਸਿੰਘ ਜੀ ਹਾਲੈਂਡ ਵਾਲੇ ਨਾਲ ਰਾਜਾ ਜੀ